ਇੱਕ ਬੜਾ ਸ਼ੰਕਾ ਹੋएगी यार ਡਰ ਹੈਗਾ ਕਿ ਇੰਪਲਾਂਟਸ ਲੱਗਦੇ ਆ ਪਹਿਲਾਂ ਉਹਦਾ ਚੀਰਾ ਦੇਣਾ ਪੈਣਾ ਹੈਗਾ ਫਿਰ ਟਾਂਕੇ ਲਾਉਣਗੇ ਫਿਰ ਇਹ ਚੀਜ਼ਾਂ ਜੜੀਆਂ ਨੇ ਉਹ ਪੇਸ਼ੈਂਟ ਦੇ ਮਨ ਚ ਡਰ ਪੈਦਾ ਕਰਦੀਆਂ ਨੇ ਜਿਹੜੀ ਟੈਕਨੀਕ ਮੈਂ ਯੂਜ਼ ਕਰ ਰਿਹਾ ਹੈਗਾ ਉਹ ਫਲੈਪਲੈਸ ਟੈਕਨੀਕ ਤੇ ਵਿੱਚ ਕੀ ਹੈਗਾ ਕਿ 2 ਘੰਟੇ ਬਾਅਦ ਤੁਸੀਂ ਭੁੱਲ ਜਾਓਗੇ ਕਿ ਮੇਰਾ ਇੰਪਲਾਂਟ ਪ੍ਰੋਸੀਜਰ ਵੀ ਹੋਇਆ ਰਣਵਾਜ ਹਸਪੀਟਲ ਦੇ ਵਿੱਚ ਜਦੋਂ ਤੁਸੀਂ ਸਾਡੇ ਕੋਲ ਇਥੋਂ ਇੰਪਲਾਂਟ ਲਗਵਾਉਂਗੇ ਅਸੀਂ ਲਾਈਫਟਾਈਮ ਗਾਰੰਟੀ ਇੰਪਲਾਂਟ ਦੀ ਤੇ ਕਰਾਊਨ ਦੀ ਇਹ ਦੋਨਾਂ ਦੀ ਲਾਈਫਟਾਈਮ ਗਾਰੰਟੀ ਦੇ ਰਹੇ ਹਾਂ ਜੋ ਇੰਪਲਾਂਟ ਦੀ ਕੁਆਲਿਟੀ ਮੈਂ ਯੂਜ਼ ਕਰ ਰਹੇ ਹਾਂ ਉਹ ਹੀ ਸੇਮ ਹੋਰ ਦੂਜੇ ਡਾਕਟਰ ਬਾਹਰਲੇ ਯੂਜ਼ ਕਰ ਰਹੇ ਜਿਹੜਾ ਕਰਾਊਨ ਅਸੀਂ ਲਗਾ ਲਿਆ ਉਹਦੀ ਸਾਡੀ ਕੁਆਲਿਟੀ ਦਾ ਕੋਈ ਫਰਕ ਨਹੀਂ ਪੈਂਦਾ ਅੱਜ ਦੀ ਤਰੀਕ ਦੇ ਵਿੱਚ ਜੇ ਆਪਾਂ ਰਣਬਾਜ ਹਸਪੀਟਲ ਦੇ ਵਿੱਚ ਆਪਾਂ ਇਕਵਿਪਮੈਂਟ ਦੀ ਗੱਲ ਕਰਦੇ ਹੋਰ ਸਾਰਾ ਕੰਮ ਹੈ ਤਾਂ ਸਵਾ ਕਰੋੜ ਤੋਂ ਉੱਤੇ ਇਕੱਲਾ ਡੈਂਟਲ ਇਕਵਿਪਮੈਂਟ ਹੀ ਆ ਸਾਡੇ ਅਸੀਂ ਇੱਕ ਹੋਰ ਐਕਸਟਰਾ ਮਸ਼ੀਨ ਲਿਆਂਦੀ ਹੈ ਜਿਹੜਾ ਕਿ ਅਸੀਂ ਓਨ ਦੀ ਸਪੌਟ ਮਰੀਜ਼ ਨੂੰ ਐਕਸਪਲੇਨ ਕਰ ਸਕਦੇ ਹਾਂ ਕਿ ਦੇਖੋ ਜੀ ਆ ਤੁਹਾਡਾ ਇਸ ਵੇਲੇ ਬੋਨ ਦਾ ਸਟਰਕਚਰ ਹੈ ਆ ਤੁਹਾਡੇ ਦੰਦਾਂ ਦੀ ਪੋਜੀਸ਼ਨ ਹੈ ਸਸ਼ੀਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਸ਼ੇਖਰ ਰਾਇ ਸੋ ਹੈਲਥ ਟਾਕ ਪ੍ਰੋਗਰਾਮ ਸ਼ੁਰੂ ਹੋ ਗਿਆ ਜਿਸ ਦੇ ਵਿੱਚ ਤੁਹਾਡੀ ਸਿਹਤ ਨਾਲ ਸੰਬੰਧਿਤ ਗੱਲਬਾਤ ਹੁੰਦੀ ਹੈ ਸੋ ਅੱਜ ਅਸੀਂ ਦੰਦਾਂ ਦੀ ਸਾਂਭ ਸੰਭਾਲ ਬਾਰੇ ਗੱਲ ਕਰਾਂਗੇ ਔਰ ਉਸ ਦੇ ਨਾਲ ਹੀ ਨਾਲ ਜੇਕਰ ਦੰਦ ਤੁਹਾਡੇ ਉਮਰ ਤੋਂ ਪਹਿਲਾਂ ਜਾਂ ਉਮਰ ਦੇ ਨਾਲ ਵੀ ਚਲੇ ਗਏ ਤੇ ਉਸ ਤੋਂ ਬਾਅਦ ਤੁਸੀਂ ਕਿਵੇਂ ਇੰਪਲਾਂਟਸ ਕਰਵਾ ਸਕਦੇ ਹੋ ਜਦੋਂ ਇੰਪਲਾਂਟਸ ਦੀ ਗੱਲ ਆਉਂਦੀ ਹੈ ਤਾਂ ਲੋਕਾਂ ਨੂੰ ਰਿਸਕ ਲੱਗਦਾ ਉਹਨਾਂ ਨੂੰ ਲੱਗਦਾ ਹੈ ਕਿ ਸਹੀ ਤਰੀਕੇ ਦੇ ਨਾਲ ਦੰਦ ਸੈੱਟ ਹੋ ਪਾਣਗੇ ਜਾਂ ਨਹੀਂ ਉਸ ਤੋਂ ਬਾਅਦ ਦੰਦ ਜਿਹੜੇ ਲਗਾਏ ਨੇ ਨਕਲੀ ਦੰਦ ਜਿਹੜੇ ਲੱਗਦੇ ਨੇ ਇੰਪਲਾਂਟ ਉਨ੍ਹਾਂ ਦੀ ਲਾਈਫ ਕਿੰਨੀ ਹੋਵੇਗੀ ਕੀ ਸਹੀ ਤਰੀਕੇ ਨਾਲ ਚੱਲ ਪਾਣਗੇ ਉਸ ਤੋਂ ਬਾਅਦ ਕੀ ਸਾਨੂੰ ਅਸਲ ਦੰਦਾਂ ਦਾ ਜਿਵੇਂ ਸਵਾਦ ਆਂਦਾ ਹੈ ਖਾਣ ਪੀਣ ਦਾ ਉਵੇਂ ਆਪ ਆਏਗਾ ਸੋ ਸਾਰੇ ਇਹ ਸਵਾਲਾਂ ਦੇ ਜਵਾਬ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਮਿਲਣਗੇ ਉਹਦੇ ਨਾਲ ਹੀ ਨਾਲ ਤੁਹਾਨੂੰ ਪ੍ਰੋਸੀਜਰ ਵੀ ਦਿਖਾਵਾਂਗੇ ਕਿ ਕਿਵੇਂ ਬਹੁਤ ਵਧੀਆ ਤਰੀਕੇ ਦੇ ਨਾਲ ਇੰਪਲਾਂਟਸ ਹੋ ਸਕਦੇ ਨੇ ਔਰ ਕੀਤੇ ਜਾ ਰਹੇ ਨੇ ਜੀ ਹਾਂ ਅਸੀਂ ਗੱਲ ਕਰ ਰਹੀ ਹਾਂ ਇਸ ਵੇਲੇ ਬੈਠੇ ਹਾਂ ਮੋਹਾਲੀ ਦੇ ਰਣਬਾਜ ਹਸਪੀਟਲ ਜੋ ਕਿ ਇੱਕ ਡੈਂਟਲ ਹਸਪੀਟਲ ਹੈ ਸੋ ਇੱਥੇ ਦੇਸ਼ਾਂ ਵਿਦੇਸ਼ਾਂ ਤੋਂ ਲੋਕੀ ਆਂਦੇ ਨੇ ਇੰਪਲਾਂਟਸ ਲਗਵਾਉਂਦੇ ਨੇ ਸਕਸੈਸਫੁਲੀ ਟਰੀਟਮੈਂਟ ਹੁੰਦਾ ਔਰ ਬਹੁਤ ਹੀ ਹਾਈ ਟੈਕਨੋਲ ਟੈਕਨੋਲੋਜੀ ਦੇ ਨਾਲ ਇੱਥੇ ਕੰਮ ਹੋ ਰਿਹਾ ਐਡਵਾਂਸਡ ਟੈਕਨੋਲੋਜੀ ਦੇ ਨਾਲ ਕੰਮ ਹੋ ਰਿਹਾ ਸੋ ਵਿਦੇਸ਼ਾਂ ਤੋਂ ਖਾਸ ਤੌਰ ਦੇ ਉੱਤੇ ਜਿਹੜੇ ਨੇ ਉਹ ਲੋਕਾਂ ਦੇ ਵਿੱਚ ਉਤਸੁਕਤਾ ਰਹਿੰਦੀ ਹੈ ਕਿ ਜਦੋਂ ਵੀ ਅਸੀਂ ਛੁੱਟੀਆਂ ਬਿਤਾਣ ਜਿਹੜਾ ਪੰਜਾਬ ਆਈਏ ਤਾਂ ਉਹ ਮੋਹਾਲੀ ਰਣਬਾਜ ਹਸਪੀਟਲ ਜ਼ਰੂਰ ਵਿਜ਼ਿਟ ਕਰ ਦੇਣ ਕਿਉਂਕਿ ਚੰਡੀਗੜ੍ਹ 에ਅਰਪੋਰਟ ਦੇ ਬਿਲਕੁਲ ਨਾਲ ਹੈ ਔਰ ਇੱਥੇ ਆ ਕੇ ਇੰਪਲਾਂਟਸ ਕਰਵਾਉਂਦੇ ਨੇ ਸੋ ਕਿੰਨੇ ਸਕਸੈਸ ਰੇਟ ਨੇ ਇਸ ਦੇ ਬਾਰੇ ਵੀ ਜਾਣਕਾਰੀ ਲਵਾਂਗੇ ਸੋ ਸਾਡੇ ਨਾਲ ਹਸਪੀਟਲ ਤੋਂ ਜਿਹੜੇ ਡਾਕਟਰ ਸਾਹਿਬ ਨੇ ਡਾਕਟਰ ਰਣਦੀਪ ਸਿੰਘ ਮਾਨ ਸਾਡੇ ਨਾਲ ਮੌਜੂਦ ਨੇ ਉਹਨਾਂ ਦਾ ਸਵਾਗਤ ਕਰ ਸਤਿ ਸ਼੍ਰੀ ਅਕਾਲ ਸ਼ੇਖਰ ਜੀ ਬਹੁਤ ਬਹੁਤ ਧੰਨਵਾਦ ਕਿ ਅੱਜ ਫੇਰ ਮੌਕਾ ਮਿਲਿਆ ਸਾਰੇ ਦਰਸ਼ਕਾਂ ਨਾਲ ਰੂਬੂ ਹੋਣ ਦਾ ਔਰ ਸਪੈਸ਼ਲੀ ਹਮਦਰਦ ਮੀਡੀਆ ਗਰੁੱਪ ਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਕਿ ਤੁਸੀਂ ਜਦੋਂ ਅਸੀਂ ਕੋਈ ਨਵੀਂ ਚੀਜ਼ ਆਉਂਦੀ ਹੈ ਤੇ ਤੁਸੀਂ ਸਾਡੀ ਸਪੋਰਟ ਕਰਦੇ ਹੋ ਕਿ ਉਹਨੂੰ ਪ੍ਰਮੋਟ ਕਰੀਏ ਔਰ ਲੋਕਾਂ ਦੇ ਵਿੱਚ ਜਿੰਨੀ ਇਨਫੋਰਮੇਸ਼ਨ ਭੇਜ ਸਕਦੇ ਆ ਤਾਂ ਕਿ ਲੋਕਾਂ ਦਾ ਜਿਹੜੇ ਹੈਗੇ ਮੇਰੇ ਪੇਸ਼ੈਂਟਸ ਜਿੰਨੇ ਵੀ ਹੈਗੇ ਉਹਨਾਂ ਦਾ ਫਾਇਦਾ ਹੋਵੇ ਜੀ ਔਰ ਲਾਸਟ ਟਾਈਮ ਅਸੀਂ ਜਦੋਂ ਵਿਜ਼ਿਟ ਕੀਤਾ ਸੀ ਤੁਸੀਂ ਪ੍ਰੋਸੀਜਰ ਦਿਖਾਇਆ ਸੀ ਉਸ ਨੂੰ ਦੇਖ ਕੇ ਲੋਕ ਵੀ ਬੜੇ ਐਕਸਾਈਟ ਹੋਏ ਕਿ ਇੰਨੇ ਵਧੀਆ ਤਰੀਕੇ ਨਾਲ ਪੰਜਾਬ ਦੇ ਵਿੱਚ ਹੁਣ ਜਿਹੜਾ ਇੰਪਲਾਂਟਸ ਲੱਗ ਰਹੇ ਨੇ ਔਰ ਬਹੁਤ ਹੀ ਸੇਫ ਤਰੀਕਾ ਔਰ ਬਹੁਤ ਕੁਇਕ ਰਿਜ਼ਲਟਸ ਹੈ ਨਾ ਬਹੁਤ ਇੰਨਾ ਟਾਈਮ ਕੱਟ ਚੁੱਕਿਆ ਸੋ ਟੈਕਨੋਲੋਜੀ ਦੇ ਨਾਲ ਸੋ ਮੈਂ ਚਾਹਾਂਗਾ ਕਿ ਤੁਸੀਂ ਜਿਹੜੀ ਨਵੀਂ ਟੈਕਨੋਲੋਜੀ ਆਈ ਹੈ ਔਰ ਨਵੇਂ ਇੰਪਲਾਂਟਸ ਜਿਹੜੇ ਨੇ ਉਹਨਾਂ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਅਰਸਾ ਜੀ ਕਿ ਮਤਲਬ ਜੇ ਅਸੀਂ ਬੁਕਸ ਦੇ ਹਿਸਾਬ ਨਾਲ ਚੱਲਦੇ ਹੈਗੇ ਆ ਤਾਂ ਮੇਰੇ ਪੇਸ਼ੈਂਟਸ ਜੇ ਕਈ ਵੀ ਆਉਂਦੇ ਸੀਗੇ ਪਹਿਲਾਂ ਜਦ ਲਗਵਾਉਣ ਤੋਂ ਪਹਿਲਾਂ ਉਹਨਾਂ ਨੂੰ ਇੱਕ ਬੜਾ ਸ਼ੰਕਾ ਹੋएगी ਆ ਡਰ ਹੈਗਾ ਕਿ ਇੰਪਲਾਂਟਸ ਲੱਗਦੇ ਆ ਪਹਿਲਾਂ ਉਹਦਾ ਚੀਰਾ ਦੇਣਾ ਪੈਣਾ ਹੈਗਾ ਫਿਰ ਟਾਂਕੇ ਲਾਉਣਗੇ ਫਿਰ ਇਹ ਚੀਜ਼ਾਂ ਜੜੀਆਂ ਨੇ ਉਹ ਪੇਸ਼ੈਂਟ ਦੇ ਮਨ 'ਚ ਡਰ ਪੈਦਾ ਕਰਦੀਆਂ ਨੇ ਤੇ ਪਹਿਲਾਂ ਤਾਂ ਇੰਜੈਕਸ਼ਨ ਦਾ ਹੀ ਡਰ ਬੜਾ ਹੁੰਦਾ ਤੇ ਉਦੋਂ ਉੱਤੇ ਜਿਹੜੇ ਇੰਪਲਾਂਟਸ ਲੱਗਦੇ ਆ ਉਹਨਾਂ ਦਾ ਡਰ ਡਬਲ ਹੋ ਜਾਂਦਾ ਹੈ ਸੋ ਮੈਂ ਜਿਹੜੀ ਟੈਕਨੀਕ ਸਿੱਖੀ ਹੈ ਇਹ ਜਦੋਂ ਅਮਰੀਕਾ ਯੇਲ ਯੂਨੀਵਰਸਿਟੀ ਜਿਹੜੀ ਵਰਲਡ ਦੀ ਟਾਪ ਆਈਵੀ ਲੀਗ ਯੂਨੀਵਰਸਿਟੀ ਹੈ ਇਹ ਟ੍ਰੇਨਿੰਗ ਉਥੋਂ ਲਈ 2006 ਤੋਂ ਲੈ ਕੇ ਹੁਣ ਤੱਕ ਮਤਲਬ ਅਸੀਂ ਉਹ ਟੈਕਨੀਕ ਨੂੰ ਫਾਲੋ ਕਰ ਰਹੇ ਉਹਨੂੰ ਫਲੈਪਲੈਸ ਟੈਕਨੀਕ ਕਹਿੰਦੇ ਆ ਮੈਂ ਹੁਣ ਅਸੀਂ ਕੀ ਕਰ ਰਹੇ ਆ ਕਿ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਵੀ ਨਾਲ-ਨਾਲ ਹੋਣਗੀ ਆ ਤੁਸੀਂ ਆਪ ਦੇਖੋਗੇ ਕਿ ਕਿੰਨਾ ਆਸਾਨ ਹੈ ਇੰਪਲਾਂਟ ਲਗਾਉਣਾ ਅਸੀਂ ਜੇ ਕਿਤਾਬਾਂ ਦੇ ਹਿਸਾਬ ਨਾਲ ਚੱਲਦੇ ਆ ਜਾਂ ਕਿਸੇ ਹੋਰ ਡੈਂਟਿਸਟਾਂ ਨਾਲ ਸਲਾਹ ਕਰਦੇ ਆ ਉਹਨਾਂ ਕੋਲ ਰੈ ਮਸ਼ਵਰਾ ਲੈਨੇ ਆ ਉਹ ਕੋਈ ਸਾਰੇ ਕਹਿੰਦੇ ਜੀ 10 ਤੋਂ 15 ਮਿੰਟ ਕੋਈ 20 ਮਿੰਟ ਦੀ ਗੱਲ ਕਰਦਾ ਵੀ ਇੰਪਲਾਂਟ ਲੱਗਣ ਦੇ ਵਿੱਚ ਇੰਨਾ ਟਾਈਮ ਲੱਗਦਾ ਔਰ ਬਿਲਕੁਲ ਲੱਗਦਾ ਇਹ ਪੁਰਾਣਾ ਟਾਈਮ ਦੀਆਂ ਗੱਲਾਂ ਨੇ ਬਾਇਓ ਟੈਕਨੀਕ ਜੇ ਅਸੀਂ ਫਲੈਪਲੈਸ ਟੈਕਨੀਕ ਦੇ ਵਿੱਚ ਕਰਦੇ ਆ ਉਸ ਪਹਿਲੀ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਿ ਕਿਵੇਂ ਉਹਨੂੰ ਪੰਚ ਟੈਕਨੀਕ ਕਹਿੰਦੇ ਆ ਕਿ ਇੱਕ ਛੋਟਾ ਜਿਹਾ ਰਾਉਂਡ ਹੋਲ ਕ੍ਰੀਏਟ ਕਰਨਾ ਉਹ ਪੰਜ ਕਰ ਦੇਣਾ ਉਹਨਾਂ ਗਮ ਮਾਰਜਨ ਰਿਮੂਵ ਹੁੰਦਾ ਔਰ ਉਸ ਮਾਰਜਨ ਦੇ ਵਿੱਚ ਬਿਲਕੁਲ ਛੋਟੇ ਸਾਈਜ਼ ਦਾ ਉਸੇ ਸਾਈਜ਼ ਦਾ ਇੰਪਲਾਂਟ ਪਲੇਸ ਹੋ ਜਾਂਦਾ ਔਰ ਉਹਦਾ ਟਾਈਮ ਕੀ ਹੈ ਮਸਾ 1 ਮਿੰਟ ਤੋਂ ਸਵਾ ਮਿੰਟ ਦੇ ਵਿੱਚ ਇੰਪਲਾਂਟ ਪਲੇਸ ਕਰ ਦੇਈਦਾ ਹੈਗਾ ਜੀ ਜੇ ਉਸ ਡ੍ਰਿਲਸ ਟੈਕਨੀਕ ਦੇਖੋ ਕਿ ਜਿੰਨੀਆਂ ਡ੍ਰਿਲਸ ਯੂਜ਼ ਹੋ ਰਹੀਆਂ ਨੇ ਉਹ ਡ੍ਰਿਲਸ ਹੈਗੀਆਂ ਨੇ ਮਤਲਬ ਆਪਾਂ ਪਹਿਲੀ ਡ੍ਰਿਲ ਤੋਂ ਲੈ ਕੇ ਜਿੰਨੇ ਸਾਈਜ਼ ਦਾ ਇੰਪਲਾਂਟ ਹੋ ਉਹਦੇ ਕੋਇਨਸਾਈਡਿੰਗ ਡ੍ਰਿਲ ਹੁੰਦੀ ਆ ਉਹ ਯੂਜ਼ ਕਰਦੇ ਹੈਗੇ ਆ ਸੋ ਉਹਨੂੰ ਵੀ ਜੇ ਕਰਨੇ ਹਾਈਕੈਸਟ ਇੰਪਲਾਂਟ ਵੀ 5 ਮਿਲੀਮੀਟਰ ਦਾ ਵੀ ਇੰਪਲਾਂਟ ਲਾਉਣਾ ਤਾਂ ਵੀ ਡੇਢ ਤੋਂ ਪੌਣੇ 2 ਮਿੰਟ ਤੋਂ ਉੱਤੇ ਟਾਈਮ ਨਹੀਂ ਲੱਗਦਾ ਕਿੱਥੇ 20 25 ਮਿੰਟ ਸਿਰਫ ਇੰਪਲਾਂਟ ਤੇ ਲੱਗਦੇ ਆ ਅਸੀਂ ਤੁਹਾਨੂੰ ਅਲੱਗ-ਅਲੱਗ ਵੀਡੀਓਜ਼ ਦੇ ਵਿੱਚ ਸ਼ੋਅ ਕਰਾਂਗੇ ਕਿ ਦੇਖੋ ਇੱਕ ਇੰਪਲਾਂਟ ਲੱਗਣਾ 1.5 ਮਿੰਟ ਦਾ ਹੋ ਗਿਆ ਬਾਕੀ ਉੱਤੇ ਕੈਡ ਕੈਮ ਟੈਕਨੀਕ ਦੇ ਨਾਲ ਜਿਹੜਾ ਇੰਪਲਾਂਟ ਦਾ ਪ੍ਰੋਸੀਜਰ ਕੰਪਲੀਟ ਹੋਣਾ ਵਰਲਡ ਦਾ ਨੰਬਰ 1 ਇੰਪਲਾਂਟ ਸਿਸਟਮ ਯੂਜ਼ ਹੋ ਗਿਆ ਲਾਈਫਟਾਈਮ ਗਾਰੰਟੀ ਉਹਦੇ 'ਚ ਆ ਗਈ ਤੇ ਜਿਹੜਾ ਕਰਾਊਨ ਉੱਤੇ ਲੱਗਣਾ ਜ਼ਰਕੋਨੀਆ ਕਰਾਊਨ ਜਿਹੜਾ ਵਰਲਡ ਦਾ ਬੈਸਟ ਕਰਾਊਨ ਹੈਗਾ ਜਰਮਨ ਜਿਹੜੀ ਮਸ਼ੀਨਸ ਆ ਉਹ ਉਹਨੂੰ ਪ੍ਰੀਪੇਅਰ ਕਰਦੀਆਂ ਪੇਸ਼ੈਂਟ ਦੇ ਸਾਹਮਣੇ ਬੈਠ ਕੇ ਵੀ ਉਹ ਉਹ 크라운 ਦੇਖ ਸਕਦੇ ਕਿ ਵੀ ਪੇਸ਼ੈਂਟ ਜਿਹੜਾ ਹੈਗਾ ਕਿ ਵੀ ਮੇਰਾ 크라운 ਆ ਸਾਹਮਣੇ ਮਸ਼ੀਨ ਦੇ ਵਿੱਚ ਬਣ ਰਿਹਾ ਔਰ ਉਹ 40 ਮਿੰਟ ਤੋਂ ਵੱਧ ਉਹ ਨਹੀਂ ਲੱਗਦਾ ਸੋ ਤੁਸੀਂ ਸੋਚੋ ਕਿ ਕਿੰਨਾ ਸੌਖਾ ਹੋ ਗਿਆ 1 ਮਿੰਟ ਦੇ ਮਤਲਬ 1 ਮਿੰਟ ਤੋਂ ਲੈ ਕੇ 40 ਮਿੰਟ ਦੇ ਵਿੱਚ ਇੰਪਲਾਂਟ ਲਾ ਕੇ ਰਾਈਟ ਚੇਅਰ ਸਾਈਡ 크라운 ਸੀ ਦੇ ਸਕਿਆ ਜੀ ਔਰ ਡਾਕਟਰ ਸਰ ਇੱਕ ਜਿਹੜਾ ਸਭ ਤੋਂ ਵੱਧ ਜਿਹੜਾ ਡਰ ਰਹਿੰਦਾ ਹੈ ਲੋਕਾਂ ਦੇ ਵਿੱਚ ਉਹ ਰਹਿੰਦਾ ਹੈ ਕਿ ਇਸ ਦੀ ਡਿਊਰੇਬਿਲਟੀ ਕੀ ਹੋਏਗੀ ਮਤਲਬ ਕਿ ਕਿੰਨਾ ਚੱਲ ਪਾਏਗਾ ਦੰਦ ਤੇ ਕਿੰਨਾ ਨੈਚੁਰਲ ਫੀਲ ਹੋਏਗਾ ਸੋ ਇਸ ਦੇ ਬਾਰੇ ਕੀ ਦੱਸੋਗੇ ਸੋ ਤੁਸੀਂ ਵਿੱਚੋਂ ਕਲਿੱਪਿੰਗ ਦੇਖੋਗੇ ਕਿ ਜਦੋਂ ਮਸ਼ੀਨ ਨੇ ਤਿਆਰ ਕਰਤਾ ਦੰਦ ਉਹਦੀ ਕਲਰ ਮੈਚਿੰਗ ਹੈ ਸੋ ਕਲਰ ਮੈਚਿੰਗ ਵੀ ਰਾਈਟ ਚੇਅਰ ਸਾਈਡ ਅਸੀਂ ਟੈਂਪਰੇਰੀ ਉਹਨੂੰ ਫਿਟ ਕਰਕੇ ਦੇਖਣਾ ਪੇਸ਼ੈਂਟ ਦੀ ਸਲਾਹ ਲੈਣੀ ਹੈ ਆਪਣੇ ਜਿਹੜੀ ਹੈਗੀ ਆ ਆਪਣੇ ਸੋਚ ਮੁਤਾਬਕ ਜਿਹੜਾ ਕਲਰ ਹੋਣਾ ਚਾਹੀਦਾ ਤਾਂ ਕਿ 100% ਨੈਚੁਰਲ ਲੋਕ ਆਵੇ ਉਹ ਨੈਚੁਰਲ ਲੋਕ ਤੁਸੀਂ ਦੇਖੋਗੇ ਇੱਕ ਪਾਸੇ ਤਾਂ ਆਪਾਂ ਤੁਸੀਂ ਸੁਣਦੇ ਹੋ ਕਿ ਦੰਦ ਬਣਾਉਣੇ ਡੈਂਟਲ ਲੈਬ ਦੇ ਵਿੱਚ ਭੇਜਦੇ ਆ ਇੱਕ ਹਿਊਮਨ ਦਾ 에ਰਰ ਜਿਹੜਾ ਹੁੰਦਾ ਉਹ ਹੋਣਾ ਹੀ ਹੋਣਾ ਹੈਗਾ ਕਿੱਥੇ ਕੰਪਿਊਟਰ ਨੇ ਡਿਜ਼ਾਈਨ ਕਰਨਾ ਤੇ ਕੰਪਿਊਟਰ ਨੇ ਹੀ ਉਹ ਦੰਦ ਨੂੰ ਤਿਆਰ ਕਰ ਦੇਣਾ ਸੋ ਉਹ ਬੜੀ ਵੱਡੀ ਗੱਲ ਹੈ ਕਿ ਉਹਦੇ ਚ ਜ਼ੀਰੋ 에ਰਰ ਆ ਜਾਂਦਾ ਹੈ ਔਰ ਉਸ ਤੋਂ ਬਾਅਦ ਜਿਹੜਾ ਕਲਰ ਮੈਚਿੰਗ ਹੁੰਦੀ ਹੈ ਤੁਸੀਂ ਆਪ ਦੇਖੋਗੇ ਕਿ ਜਦੋਂ ਦੰਦ ਫਿੱਟ ਹੋ ਗਿਆ ਉਹ ਐਗਜ਼ੈਕਟ ਹੂ ਉਹ 100% ਦੀ ਕਲਰ ਮੈਚ ਹੋ ਜਾਂਦਾ ਜੀ ਸੋ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਸੋ ਪਕੜਦੀ ਸੋ ਕਿੰਨਾ ਟਾਈਮ ਲੱਗਦਾ ਇੱਕ ਨੈਚੁਰਲ ਪਕੜ ਬਣਨ ਦੇ ਲਈ ਤੇ ਦੂਜੀ ਗੱਲ ਹੈ ਕਿ ਦੰਦ ਲੱਗਣ ਤੋਂ ਬਾਅਦ ਕਈਆਂ ਨੂੰ ਇਹ ਡਰ ਵੀ ਰਹਿੰਦਾ ਹੈ ਕਿ ਤਕਲੀਫ ਬਹੁਤ ਹੋਏਗੀ ਜਾਂ ਕਈ ਦਿਨਾਂ ਤੱਕ ਜਿਹੜਾ ਉਹ ਦਿੱਕਤ ਆਏਗੀ ਸੋ ਕਿੰਨੇ ਦਿਨਾਂ ਤੱਕ ਦਿੱਕਤ ਰਹਿੰਦੀ ਔਰ ਕਿੰਨੀ ਤਕਲੀਫ ਜਿਹੜੀ ਹੈ ਉਹ ਖੋਪ ਪਦੀ ਹੈ ਜਿਹੜੀ ਟੈਕਨੀਕ ਮੈਂ ਯੂਜ਼ ਕਰ ਰਿਹਾ ਹੈਗਾ ਉਹ ਫਲੈਪਲੈਸ ਟੈਕਨੀਕ ਤੇ ਵਿੱਚ ਕੀ ਹੈਗਾ ਕਿ ਮਿਨਿਮਲ ਟਰੋਮਾ ਮਤਲਬ ਮਿਨਿਮਲ ਤਕਲੀਫ ਸਰੀਰ ਨੂੰ ਦਿੱਤੀ ਉਹ ਸਰੀਰ ਰਿਐਕਟ ਨਹੀਂ ਕਰਦਾ ਬੋਨ ਜਿਹੜੀ ਆ ਜਾਂ ਗਮਜ਼ ਹੈਗੇ ਆ ਉਹਨੂੰ ਰਿਐਕਟ ਨਹੀਂ ਕਰਦੇ ਮਤਲਬ ਕਿ 2 ਘੰਟੇ ਬਾਅਦ ਤੁਸੀਂ ਭੁੱਲ ਜਾਓਗੇ ਕਿ ਮੇਰਾ ਇੰਪਲਾਂਟ ਪ੍ਰੋਸੀਜਰ ਵੀ ਹੋਇਆ ਅੱਛਾ ਜੀ ਸੋ ਇਹ ਇੰਨਾ ਕੋ ਸੌਖਾ ਕੰਮ ਹੈਗਾ ਇੰਨੀ ਕੁ ਤਕਲੀਫ ਇਹਦੇ ਚ ਘੱਟ ਹੈਗੀ ਆ ਸੋ ਆਲਟੀਮੇਟਲੀ ਸਾਡਾ ਟਾਰਗੇਟ ਕੀ ਹੈਗਾ ਕਿ ਅਸੀਂ ਪੇਸ਼ੈਂਟ ਨੂੰ ਮਿਨਿਮਲ ਤਕਲੀਫ ਹੋਵੇ ਉਹ ਉਹਦੇ ਨਾਲ ਕੀ ਹੈਗਾ ਕਿ ਨਾ ਸੋਜਿਸ਼ ਆਉਗੀ ਨਾ ਜ਼ਿਆਦਾ ਉਹਦੇ ਚ ਬਲੀਡਿੰਗ ਹੁੰਦੀ ਆ ਆਲਮੋਸਟ ਨਿਲ ਬਲੀਡਿੰਗ ਹੁੰਦੀ ਆ ਔਰ ਉਹਦੀ ਡਿਊਰੇਬਿਲਟੀ ਜਿਹੜਾ ਜਦੋਂ ਇੱਕ ਕੰਪਿਊਟਰ ਨੇ ਕਰਾਊਨ ਬਣਾਇਆ ਉਹਨੂੰ ਗਲੂ ਨਾਲ ਫਿੱਟ ਕਰਤਾ ਉਹਨੇ ਤੁਹਾਡਾ ਸਾਰੀ ਉਮਰ ਉੱਥੇ ਹੀ ਲੱਗੇ ਰਹਿਣਾ ਅਨਲੈਸ ਅੰਟਿਲ ਕਈ ਕੇਸਸ ਦੇ ਵਿੱਚ ਕੀ ਹੈਗਾ ਗਲੂ ਡਿਸਾਲਵ ਹੋ ਜਾਂਦੀ ਹੈ ਉਹ ਦੁਬਾਰਾ ਕਰਾਊਨ ਜਿਹੜਾ ਕੋਈ ਦੁਬਾਰਾ ਗਲੂ ਲਾ ਕੇ ਉਹ ਦੁਬਾਰਾ ਫਿੱਟ ਹੋ ਜਾਂਦਾ ਹੈ ਔਰ ਉਹਦੀ ਡਿਊਰਬਿਲਟੀ ਆ ਹੁਣ ਦੇਖੋ ਤੁਸੀਂ ਵਰਲਡਵਾਈਡ ਜਿਹੜੇ ਮੇਰੇ ਭੈਣ ਭਰਾ ਸਾਰੇ ਦੇਖ ਰਹੇ ਬਜ਼ੁਰਗ ਮਾਤਾਵਾ ਅਲਟੀਮੇਟਲੀ ਕੀ ਆਗਾ ਕਿ ਆਪਾਂ 100 ਜੇ ਮੇਰੇ ਕੋਲ ਤੁਸੀਂ ਆਉਣਾ ਪਹਿਲਾਂ ਤੁਸੀਂ 4-5 ਡਾਕਟਰਾਂ ਨਾਲ ਸਲਾਹ ਕਰੋਗੇ ਕਿ ਇੰਪਲਾਂਟ ਲਗਵਾਉਣੇ ਆ ਤੁਹਾਡੇ ਕੀ ਰਹਿ ਆ ਗਿਆ ਉਹਨਾਂ ਨੇ ਤੁਹਾਨੂੰ ਕੋਈ ਗਾਰੰਟੀ ਨਹੀਂ ਦੇਣੀ ਉਸ ਇੰਪਲਾਂਟ ਦੇ ਉੱਤੇ ਜਾਂ ਕਰਾਉਣ ਦੇ ਉੱਤੇ ਰਣਬਾਜ ਹਸਪੀਟਲ ਦੇ ਵਿੱਚ ਜਦੋਂ ਤੁਸੀਂ ਸਾਡੇ ਕੋਲ ਇਥੋਂ ਇੰਪਲਾਂਟ ਲਗਵਾਓਗੇ ਅਸੀਂ ਲਾਈਫਟਾਈਮ ਗਾਰੰਟੀ ਇੰਪਲਾਂਟ ਦੀ ਤੇ 크라운 ਦੀ ਇਹ ਦੋਨਾਂ ਦੀ ਲਾਈਫਟਾਈਮ ਗਾਰੰਟੀ ਦੇ ਰਹੇ ਆ ਕਿਉਂਕਿ ਮੈਂ ਮਹਿਸੂਸ ਕਰਦਾ ਮੈਂ ਆਪ ਮਤਲਬ ਜਿਹੜਾ ਹੈਗਾ ਕੈਨੇਡਾ ਜਾਂਦਾ ਰਹਿੰਦਾ ਕਿ ਕਿੰਨਾ ਕੁ ਔਖਾ ਹੈਗਾ ਡਾਲਰ ਕਮਾਉਣੇ ਲੋਕਾਂ ਨੂੰ ਇੱਥੇ ਬੈਠਿਆਂ ਨੂੰ ਲੱਗਦੀ ਹੈ ਕਿ ਡਾਲਰ ਬਹੁਤ بڑے ਸੌਖੇ ਆ ਤੇ ਜੀ ਇਹਨਾਂ ਕੋਲ ਤਾਂ ਪੈਸਾ ਬਹੁਤ ਹੈ ਪਰ ਜੋ ਇੱਕ ਮਤਲਬ ਉਹਨੂੰ ਐਪਰੀਸ਼ੀਏਟ ਕਰਨਾ ਔਰ ਉਹਨੋਂ ਕਿ ਇਨਸਾਨ ਦੇ ਕਿੰਨੀ ਕੁ ਤਕਲੀਫ ਨਾਲ ਇਹ ਡਾਲਰ ਕਮਾਏ ਜਾਂਦੇ ਅਸੀਂ ਉਹ ਚੀਜ਼ ਦਾ ਕੰਸਰਨ ਰੱਖਦੇ ਹੋਏ ਮੈਂ ਫੈਸਲਾ ਲਿਆ ਕਿ ਰਣਬਾਜ ਹਸਪੀਟਲ ਦੇ ਵਿੱਚ ਕੋਈ ਟ੍ਰੀਟਮੈਂਟ ਸਾਡੇ ਕੋਲ ਤੁਸੀਂ ਆ ਕੇ ਕਰਾਉਨੇ ਹੋ ਉਹਦੀ ਤੁਹਾਨੂੰ ਲਾਈਫਟਾਈਮ ਗਾਰੰਟੀ ਮਿਲੂਗੀ ਇੱਕ ਵਾਰ ਤੁਸੀਂ ਪੈਸੇ ਦੇਣੇ ਆ ਦੁਬਾਰਾ ਤੁਸੀਂ ਆਪਣਾ ਉਸ ਟ੍ਰੀਟਮੈਂਟ ਵਾਸਤੇ ਕੋਈ ਪੈਸਾ ਤੁਹਾਨੂੰ ਜ਼ਿੰਦਗੀ ਭਰ ਲਾਉਣ ਦੀ ਲੋੜ ਨਹੀਂ ਕਿਆ ਬਾਤ ਹੈ ਇਹ ਬਹੁਤ ਵਧੀਆ ਸੋਚ ਹੈ ਤੁਹਾਡੀ ਹੋਰ ਇਸ ਸੋਚ ਦੇ ਨਾਲ ਅੱਗੇ ਵੱਧ ਰਹੇ ਹੋ ਕਿਉਂਕਿ ਇੱਕ ਤਰੀਕੇ ਦੇ ਨਾਲ ਜਦੋਂ ਅਸੀਂ ਸਿਹਤ ਨਾਲ ਸੰਬੰਧਿਤ ਸੇਵਾਵਾਂ ਦੀ ਗੱਲ ਕਰਦੇ ਹਾਂ ਤਾਂ ਇੱਕ ਉਹ ਸੇਵਾ ਵੀ ਹੁੰਦੀ ਹੈ ਇਟਸ ਨਾਟ ਜਸਟ ਅ ਬਿਜ਼ਨਸ ਤੇ ਅਸੀਂ ਜਿੱਥੇ ਗੱਲ ਹੋਈ ਹੈ ਕਿ ਇੰਪਲਾਂਟਸ ਦੀ ਕਾਸਟ ਦੀ ਜਾਂ ਕੁਝ ਤਾਂ ਵਿਦੇਸ਼ਾਂ ਦੇ ਵਿੱਚ ਬਿਲਕੁਲ ਤੁਸੀਂ ਜਿਵੇਂ ਕਿਹਾ ਕਿ ਬੜੀ ਮਿਹਨਤ ਨਾਲ ਪੈਸਾ ਕਮਾਇਆ ਜਾਂਦਾ ਸੋ ਕਿੰਨਾ ਸਾਨੂੰ ਇੱਥੇ ਅਫੋਰਡੇਬਲ ਪੈਂਦਾ ਹੈ ਜਾਂ ਉਸ ਟਰੀਟਮੈਂਟ ਨੂੰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਇੱਕ ਵਰਥ ਹੈ ਜੋਸੀ ਕਰਾਉਨਸ ਪਹਿਲਾਂ ਆਪਾਂ ਇੰਪਲਾਂਟ ਦੀ ਗੱਲ ਕਰਦੇ ਫਿਰ ਕਰਾਉਨਸ ਲਾਉਣੇ ਆ ਇਹ ਪ੍ਰੋਸੀਜਰ ਇੱਕ ਜੇ ਟੌਪ ਕਲਾਸ ਡੈਂਟਿਸਟ ਕੋਲੇ ਜਾਂਦੇ ਆ ਔਰ ਉਹਦੇ ਕੋਲੋਂ ਇੰਪਲਾਂਟ ਤੇ ਕਰਾਉਨ ਲਗਾਉਣੇ 6000 ਡਾਲਰ ਤੋਂ ਉੱਤੇ ਪੈਂਦਾ ਖਰਚਾ ਇੱਕ ਇੰਪਲਾਂਟ ਦਾ ਜੀ ਤੇ ਤੁਸੀਂ ਦੇਖੋ ਵੀ ਜੇ ਤੁਸੀਂ ਰਣਬਾਜ ਹਸਪੀਟਲ ਚਾਹੁੰਦੇ ਹੋ ਤਾਂ ਉਹ 5 5 ਗੁਣਾ ਤੋਂ ਵੀ ਜ਼ਿਆਦਾ ਘੱਟ ਰੇਟ ਉਹਦਾ ਪੈਂਦਾ ਹੈ ਲੈਸ ਦੈਨ ਜੋ ਕੈਨੇਡਾ ਦੇ ਵਿੱਚ ਖਰਚ ਆ ਰਿਹਾ ਸੋ ਤਕਰੀਬਨ 1000 ਡਾਲਰ ਦਾ ਮਸਾ ਪੈਣਾ ਔਰ ਉਹਦੇ ਵਿੱਚ ਜੋ ਇੰਪਲਾਂਟ ਦੀ ਕੁਆਲਿਟੀ ਮੈਂ ਯੂਜ਼ ਕਰ ਰਿਹਾ ਉਹ ਹੀ ਸੇਮ ਉਹ ਦੂਜੇ ਡਾਕਟਰ ਬਾਹਰਲੇ ਯੂਜ਼ ਕਰ ਰਹੇ ਜਿਹੜਾ ਕਰਾਉਨ ਅਸੀਂ ਲਗਾ ਲਿਆ ਉਹਦੀ ਸਾਡੀ ਕੁਆਲਿਟੀ ਦਾ ਕੋਈ ਫਰਕ ਨਹੀਂ ਸੋ ਤੁਸੀਂ ਜਿੱਥੇ ਮਰਜ਼ੀ ਉਹਨੂੰ ਟੈਸਟ ਕਰਾ ਕੇ ਦੇਖ ਸਕਦੇ ਹੋ ਸੋ ਬੈਸਟ ਕੁਆਲਿਟੀ ਰਿਟਰਨ ਚੀਜ਼ ਤੁਹਾਨੂੰ ਮਿਲੂਗੀ ਔਰ ਤੁਹਾਡਾ ਰਿਕਾਰਡ ਫੋਰਐਵਰ ਮੇਰੇ ਕੋਲੇ ਰਹੂਗਾ ਕੰਪਿਊਟਰ ਦੇ ਵਿੱਚ ਇੱਕ ਸਲਿੱਪ ਤੁਹਾਨੂੰ ਦਿੱਤੀ ਜਾਊਗੀ ਇੱਕ ਸਾਡੇ ਕੋਲੇ ਜਿਹੜਾ ਕੰਪਿਊਟਰ ਦੇ ਵਿੱਚ ਰਹਿਣਾ ਸੋ ਆਲਟੀਮੇਟਲੀ ਦ ਥਿੰਗ ਇਜ਼ ਕਿ ਤੁਹਾਨੂੰ ਕਿਸੇ ਚੀਜ਼ ਦਾ ਫਿਕਰ ਦੀ ਲੋੜ ਨਹੀਂ ਹੈ ਕਿ ਮੇਰਾ ਮੇਰਾ ਰਿਕਾਰਡ ਨਹੀਂ ਪਤਾ ਨਹੀਂ ਡਾਕਟਰ ਕੱਲ ਨੂੰ ਮੰਨਣਗੇ ਜਾਂ ਨਹੀਂ ਮੰਨਣਗੇ ਜੋ ਅਸੀਂ ਕਹਿਤਾ ਉਹਦੇ ਤੇ ਪੂਰੇ ਉਤਰਾਂਗੇ ਔਰ ਉਤਰਦੇ ਆਏ ਆ ਜੀ اور ਡਾਕਟਰ ਸਾਹਿਬ ਇਹ ਵੀ ਇੱਕ ਪਲੱਸ ਪੁਆਇੰਟ ਹੈ ਕਿ 에어ਪੋਰਟ ਦੇ ਬਿਲਕੁਲ ਨਾਲ ਹੈ ਸੋ ਇੱਥੇ ਪਹੁੰਚਣਾ ਜਿਹੜਾ ਮੁਸ਼ਕਲ ਨਹੀਂ ਹੈਗਾ ਔਰ ਦਰਸ਼ਕਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਤੁਹਾਡੇ ਲਈ ਇੱਥੇ ਕੈਫੇਟੇਰੀਆ ਵੀ ਬਹੁਤ ਅੱਛਾ ਜਿਹੜਾ ਹੈਗਾ ਉਹ ਬਣਾਇਆ ਗਿਆ ਸੋ ਇਸ ਦੇ ਨਾਲ ਹੀ ਨਾਲ ਤੁਸੀਂ ਇੱਥੇ ਸਟੇ ਵੀ ਕਰ ਸਕਦੇ ਹੋ ਬਹੁਤ ਸਾਰੀ ਫੈਸਿਲਿਟੀਆਂ ਜਿਹੜੀਆਂ ਨੇ ਰਣਬਾਜ ਹਸਪੀਟਲ ਦੇ ਵਿੱਚ ਡਾਕਟਰ ਸਾਹਿਬ ਨੇ ਮੁਹੱਈਆ ਕਰਵਾਈਆਂ ਨੇ ਸੋ ਇੱਕ ਮਿਸ਼ਨ ਦੀ ਤਰ੍ਹਾਂ ਤੁਸੀਂ ਇਸ ਨੂੰ ਲੈ ਕੇ ਚੱਲਿਓ ਇਸ ਦੇ ਪਿੱਛੇ ਕੀ ਸੋਚ ਸੀਗੀ ਤੁਹਾਡੀ ਦੇਖੋ ਮੇਰੀ ਸੋਚ ਇਹ ਹੈ ਕਿ ਕੋਈ ਪੇਸ਼ੈਂਟ ਆਉਂਦਾ ਉਹ ਪੇਸ਼ੈਂਟ ਦੇ ਮਨ 'ਚ ਆਉਂਦਾ ਕਿ ਯਾਰ ਮੇਰੀ ਖੱਜਲ ਖਵਾਰੀ ਨਾ ਹੋਵੇ ਕਿ ਮੈਂ ਪਹਿਲਾਂ ਮੈਂ ਹੋਟਲ ਜਾਵਾਂ ਜੇ ਮੈਂ ਹੋਟਲ 'ਚ ਰਹਾਂਗਾ ਤਾਂ ਫਿਰ ਮੈਨੂੰ ਕਾਰ ਲੈਣੀ ਪੈਣੀ ਆ ਫਿਰ ਮੈਨੂੰ ਆਉਣਾ ਜਾਣਾ ਕਿੰਨਾ ਵਕਤ ਜ਼ਾਇਆ ਹੋ ਗਿਆ ਅਸੀਂ ਇਹ ਕਿਹਾ ਕਿ ਤੁਸੀਂ ਇੱਕ ਵਾਰੀ ਸਾਡੇ ਕੋਲ ਹਸਪੀਟਲ ਆ ਜਾਓ ਇੱਥੇ ਉੱਤੇ ਟਾਪ ਕਲਾਸ 5 ਸਟਾਰ ਰੂਮਸ ਹੈ ਸਾਡੇ ਕੋਲ ਹੈਗੇ ਆ ਖਾਣਾ ਤੁਹਾਨੂੰ ਰਾਈਟ ਜੋ ਰਿਕੁਆਇਰਡ ਖਾਣਾ ਹੈਗਾ ਉਹ ਤੁਹਾਨੂੰ ਇੱਥੇ ਉਹ ਵੀ ਦਿੱਤਾ ਜਾਊਗਾ ਤੁਹਾਡੀ ਸੇਵਾ 'ਚ ਕੈਫੇ ਹਾਜ਼ਰ ਆ ਕੈਫੇ ਦੇ ਵਿੱਚ ਜਿਹੜੇ ਕੈਨੇਡਾ ਯੂ ਐਸ ਦੇ ਟਾਪ ਕਲਾਸ ਕਾਫੀ ਬੀਨਸ ਅਵੇਲੇਬਲ ਹੈ ਸਾਨੂੰ ਮਤਲਬ ਉਹ ਤਾਂ ਕਿ ਮਰੀਜ਼ ਜਿਹੜਾ ਬਾਹਰੋਂ ਆ ਰਿਹਾ ਉਹਨੂੰ ਇਹ ਮਹਿਸੂਸ ਨਾ ਹੋਵੇ ਕਿ ਮੈਂ ਪਤਾ ਨਹੀਂ ਮਤਲਬ ਕਿਦਾਂ ਦੇ ਜਿਹੜਾ ਹੈਗਾ ਜਗ੍ਹਾ ਤੇ ਚਲਾ ਗਿਆ এনवायरमेंट ਹੈ ਫਿਰ ਖਾਣਾ ਪੀਣਾ ਹੈ ਮਤਲਬ ਅਸੀਂ ਟੋਟਲੀ ਹਾਈਜੇਨਿਕ ਚੀਜ਼ਾਂ ਜੜੀਆਂ ਨੇ ਉਹ ਤੁਹਾਡੇ ਵਾਸਤੇ ਹਾਜ਼ਰ ਹੈ ਔਰ ਰੈਨ ਸੈਂਡ ਦਾ ਵੀ ਉਹ ਤੁਹਾਡੇ ਵਾਸਤੇ ਜਿਹੜਾ ਬੈਸਟ ਟਾਪ ਕਲਾਸ ਫੈਸਿਲਿਟੀ ਹਾਜ਼ਰ ਹੈਗੀ ਹੈ ਸੋ ਇਹ ਇਹ ਜਿਹੜਾ ਕੀ ਹੈ ਵਨ ਸਟਾਪ ਸ਼ਾਪ ਅਰੇਂਜਮੈਂਟ ਕਹਿੰਦੇ ਆ ਆਪਾਂ ਨੂੰ ਕਿ ਤੁਸੀਂ ਆਪਣਾ ਟ੍ਰੀਟਮੈਂਟ ਵੀ ਕਰਾਉਣਾ ਤੁਸੀਂ ਆਪਣਾ ਜਿਹੜਾ ਖਾਣਾ ਪੀਣ ਦਾ ਵੀ ਤੁਹਾਨੂੰ ਕੋਈ ਫਿਕਰ ਨਹੀਂ ਹੈ ਜੇ ਤੁਸੀਂ ਕਿਤੇ ਬਾਹਰ ਅੰਦਰ ਜਾਣਾ ਤੇ ਸਾਡੇ ਕੋਲ ਇੱਥੇ ਗੱਡੀ ਵੀ ਹੈਗੀ ਆ ਤੁਹਾਨੂੰ ਗੱਡੀ ਦਾ ਆਉਣ ਦਾ ਕੋਈ ਤੇ ਦਿੱਕਤ ਨਹੀਂ ਹੈ ਸੋ ਮਤਲਬ ਤੁਹਾਨੂੰ ਹਰ ਫੈਸਿਲਿਟੀ ਇੱਕ ਵਨ ਅੰਡਰ ਵਨ ਰੂਫ ਉਹ ਪ੍ਰੋਵਾਈਡ ਕੀਤੀ ਜਾ ਰਹੀ ਹੈ ਰਣਬਾਜ ਹਸਪੀਟਲ ਦੇ ਵਿੱਚ ਕੀ ਬਾਤ ਹੈ ਡਾਕਟਰ ਸਾਹਿਬ ਰਣਬਾਜ ਹਸਪੀਟਲ ਨੂੰ ਇੰਨੇ ਸਾਲ ਹੋ ਗਏ ਔਰ ਵਾਇਗੁਰੂ ਨੇ ਬੜੀ ਮਿਹਰ ਕੀਤੀ ਹੈ ਕਿ ਇਸ ਸੇਵਾ ਦੇ ਵਿੱਚ ਤੁਸੀਂ ਅੱਗੇ ਵੀ ਵਧਦੇ ਜਾ ਰਹੇ ਹੋ ਤਾਂ ਤੁਹਾਨੂੰ ਤੁਸੀਂ ਇਸ ਦਾ ਕ੍ਰੈਡਿਟ ਕਿਸ ਨੂੰ ਦਿਨੇ ਹੋ ਜਾਂ ਤੁਹਾਨੂੰ ਕੀ ਲੱਗਦਾ ਹੈ ਕਿ ਰਣਬਾਜ ਹਸਪੀਟਲ ਨੰਬਰ 1 ਹਸਪੀਟਲ ਕਿਵੇਂ ਬਣਿਆ ਆਪਾਂ ਕੋਈ ਕੰਮ ਕਰਦੇ ਹੈਗੇ ਆ ਅਰਦਾਸ ਕਰਕੇ ਅਕਾਲ ਪੁਰਖ ਦਾ ਆਸਰਾ ਲੈ ਕੇ ਕਿ ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖੇ ਜੋ ਅਸੀਂ ਕੰਮ ਕਰ ਰਹੇ ਉਹਨੂੰ ਸਫਲਤਾ ਮਿਲੇ ਸੋ ਇਹਦਾ ਕ੍ਰੈਡਿਟ ਬੰਦਾ ਸਿਰਫ ਇੱਕ ਟੂਲ ਹੈ ਅਕਾਲਪੁਰਖ ਨੇ ਮਿਹਰ ਕਰਨੀ ਹੈ ਉਹਦੀ ਨਿਗਾਸਵਲੀ ਹੈ ਤਾਂ ਸਭ ਕੁਝ ਠੀਕ ਹੈ ਸੋ ਅਕਾਲਪੁਰਖ ਦੀ ਮਿਹਰ ਨਾਲ ਤੇ ਤੁਹਾਡੇ ਸਾਰੇ ਭੈਣ ਭਰਾ ਜੋ ਸਾਡੇ ਦੇਸ਼ ਵਿਦੇਸ਼ਾਂ ਦੇ ਵਿੱਚ ਜੋ ਹਮਦਰਦ ਟੀਵੀ ਵਾਚ ਕਰਦੇ ਆ ਚੈਨਲ ਵਾਚ ਕਰ ਰਹੇ ਆ ਤੁਹਾਡੇ ਸਾਰਿਆਂ ਦੇ ਸਾਥ ਨਾਲ ਇਹ ਕ੍ਰੈਡਿਟ ਸਾਰਾ ਤੁਹਾਨੂੰ ਜਾਂਦਾ ਕਿ ਤੁਸੀਂ ਸਾਡੇ ਤੇ ਵਿਸ਼ਵਾਸ ਕੀਤਾ ਔਰ ਅਸੀਂ ਸਾਨੂੰ ਮੌਕਾ ਦਿੱਤਾ ਤੁਹਾਡੀ ਸੇਵਾ ਕਰਨ ਦਾ ਤੇ ਤੁਸੀਂ ਐਡਾ ਵੱਡਾ ਹੰਗਾਰਾ ਪਰਿਆ ਔਰ ਸਾਨੂੰ ਸਪੋਰਟ ਕੀਤੀ ਇਹ ਸਾਰਾ ਜਿਹੜਾ ਸਿਹਰਾ ਹੈ ਇਹ ਤੁਹਾਡੇ ਸਾਰਿਆਂ ਦਾ ਔਰ ਮੈਂ ਅਕਾਲਪੁਰਖ ਦੇ ਤਹਿ ਦਿਲੋਂ ਧੰਨਵਾਦੀਆਂ ਕਿ ਜੋ ਮਲ ਸਕਸੈਸ ਰੇਟ ਮੈਨੂੰ ਰਣਵਾਜ ਹਸਪੀਟਲ ਵਿੱਚ ਬੈਠ ਕੇ ਇਸ ਹਸਪੀਟਲ ਦੇ ਵਿੱਚ ਇਸ ਧਰਤੀ ਤੇ ਬੈਠ ਕੇ ਮਰੀਜ਼ਾਂ ਦੀ ਸੇਵਾ ਕੀਤੀ ਹੈ ਉਹ ਸਕਸੈਸ ਮਿਲੀ ਹੈ ਉਹਦਾ ਸੱਚੇ ਪਾਸ਼ਾਨਾ ਸੀ ਤਾਂ ਦੇਣ ਹੀ ਨਹੀਂ ਦੇ ਸਕਦੇ ਜੀ ਸੋ ਦਾਤੇ ਦੀ ਬੜੀ ਮਿਹਰ ਰਹੀ ਹੈ ਤੁਹਾਡਾ ਸਾਰਿਆਂ ਦਾ ਬਹੁਤ ਸਾਥ ਰਿਹਾ ਔਰ ਤੁਸੀਂ ਰਣਬਾਜ ਹਸਪੀਟਲ ਦਾ ਨਾਮ ਕ੍ਰੀਏਟ ਕੀਤਾ ਐਡਾ ਵੱਡਾ ਨਾਮ ਦਿੱਤਾ ਸੋ ਇਸ ਕਰਕੇ ਮੇਰੇ ਤਾਂ ਇੱਕ ਸੇਵਾ ਹੈ ਦੋ ਹੱਥ ਦਿੱਤੇ ਸ਼ਫਾ ਮਾਲਕ ਨੇ ਦਿੱਤੀ ਹੈ ਸੋ ਸਾਰਾ ਕ੍ਰੈਡਿਟ ਅਕਾਲ ਪੁਰਖ ਨੂੰ ਜਾਂਦਾ ਇਹ ਸਾਡਾ ਕੁਛ ਨਹੀਂ ਹੈ ਦੇਚ ਔਰ ਡਾਕਟਰ ਸਾਹਿਬ ਅਸੀਂ ਵੀ ਅਪਰੀਸ਼ੀਏਟ ਕਰਦੇ ਹਾਂ ਕਿ ਤੁਸੀਂ ਜਿਹੜੀ ਵੀ ਨਵੀਂ ਟੈਕਨੋਲੋਜੀਜ਼ ਨੇ ਜਿਹੜੀਆਂ ਰਿਕੁਆਇਰਡ ਨੇ ਉਹ ਤੁਸੀਂ ਹਮੇਸ਼ਾ ਜਿਹੜੀਆਂ ਹਸਪੀਟਲ ਦੇ ਵਿੱਚ ਲੈ ਕੇ ਆਂਦੇ ਹੋ ਪਰ ਬਹੁਤ ਸਾਰੇ ਇਹ ਦੇਖਿਆ ਕਿ ਡਾਕਟਰਸ ਜਿਹੜੇ ਨੇ ਉਹ ਇੱਕ ਜਿਹੜਾ ਰਵਾਇਤੀ ਤਰੀਕਾ ਹੁੰਦਾ ਉਹਦੇ ਵਿੱਚ ਹੀ ਚੱਲਦੇ ਰਹਿੰਦੇ ਨੇ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਨਿਊ ਟੈਕਨੋਲੋਜੀਜ਼ ਜਿਹੜੀਆਂ ਨੇ ਕਿਉਂ ਜ਼ਿਆਦਾ ਜ਼ਰੂਰੀ ਹੋ ਜਾਂਦੀਆਂ ਇਹਨਾਂ ਦੀ ਅਹਿਮੀਅਤ ਕਿੰਨੀ ਬਣਦੀ ਹੈ ਮੈਂ ਇੱਕ ਐਗਜ਼ਾਮਪਲ ਦੇਣਾ ਜੀ ਕਿ ਡੈਂਟਲ ਕਲੀਨਿਕ ਜਦੋਂ ਮੈਂ ਸ਼ੁਰੂਆਤ ਕੀਤੀ ਸੀ 1998 ਦੀ ਗੱਲ ਹੈ ਔਰ ਉਦੋਂ ਕੀ ਸੀਗਾ ਕਿ ਡੈਂਟਲ ਕਲੀਨਿਕ ਖੜਾ ਕਰਨਾ ਤੇ 2 ਲੱਖ ਰੁਪਈਆ ਲੱਗਦਾ ਹੁੰਦਾ ਸੀ ਸਵਾ ਦੋ ਲੱਖ ਤੱਕ ਮਤਲਬ ਸਾਰਾ ਕੁਝ ਪੰਡ ਵਗੈਰਾ ਆਦਾ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਸਫ਼ਰ ਬੀਤਦਾ ਮਤਲਬ ਇਹ ਸਫ਼ਰ ਦੇ ਵਿੱਚ ਸਾਨੂੰ ਇੰਨਾ ਕੁਝ ਸਿੱਖਣ ਨੂੰ ਮਿਲਿਆ ਕਿ ਇਨਸਾਨ ਜਿਹੜਾ ਡਾਕਟਰ ਹੈ ਜੇ ਆਪਣੇ ਆਪ ਨੂੰ ਅਪ ਟੂ ਡੇਟ ਰੱਖਦਾ ਹੈ ਟੈਕਨੋਲੋਜੀ ਨਾਲ ਤੇ ਨਵੇਂ-ਨਵੇਂ ਟੈਕਨੀਕਸ ਦੇ ਨਾਲ ਫਿਰ ਤੁਸੀਂ ਮਰੀਜ਼ਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਦਾ ਟ੍ਰੀਟਮੈਂਟ ਦੇ ਸਕਦੇ ਹੋ ਅੱਜ ਦੀ ਤਰੀਕ ਦੇ ਵਿੱਚ ਜੇ ਆਪਾਂ ਰਣਬਾਜ ਹਸਪੀਟਲ ਦੇ ਵਿੱਚ ਆਪਾਂ ਇਕਵਿਪਮੈਂਟ ਦੀ ਗੱਲ ਕਰਦੇ ਹੋਰ ਸਾਰਾ ਕਰਨਾ ਹੈ ਤਾਂ ਸਵਾ ਕਰੋੜ ਤੋਂ ਉੱਤੇ ਕੱਲਾ ਡੈਂਟਲ ਇਕਵਿਪਮੈਂਟ ਹੀ ਆ ਸਾਡਾ ਬਾਕੀ ਆ ਜਿਹੜਾ ਹਸਪੀਟਲ ਦਾ ਹੈ ਇਹਦਾ ਜਿਹੜੀ ਇਹ ਛੱਤ ਹੈ ਜਾਂ ਇੱਥੇ ਰਹਿਣ ਦਾ ਇਹ ਫੈਸਿਲਿਟੀ ਹੈ ਇਹ ਅਲੱਗ ਚੀਜ਼ ਆ ਉਹਦਾ ਕਾਰਨ ਕੀ ਸੀਗਾ ਹੁਣ ਆ ਜਿਹੜੀ ਮਸ਼ੀਨ ਆ 70 ਲੱਖ ਦੀ ਮਸ਼ੀਨ ਆ ਜਿਹੜੀ ਅਸੀਂ ਕੈਡ ਕਮ ਆ ਜਿਹੜੀ ਕੰਪਿਊਟਰ ਦਾ 크라운 ਬਣਾਉਂਦਾ ਉਸ ਮਸ਼ੀਨ ਨੇ ਤੁਹਾਨੂੰ ਖੜੇ ਪੈਰੀ ਜੇ ਬਣਾ ਜੇ ਤੁਸੀਂ ਮਰੀਜ਼ ਦਾ ਵਕਤ ਬਚਾਉਣਾ ਔਰ ਬੈਸਟ ਟੈਕਨੋਲੋਜੀ ਦੇ ਨਾਲ ਦੇਣਾ ਉਹ ਮਰੀਜ਼ ਨੇ ਆਪਣੇ ਆਪ 100 ਬੰਦੇ ਨੂੰ ਜਾ ਕੇ ਕਹਿੰਦਾ ਯਾਰ ਮੈਂ ਬੜੀ ਵਧੀਆ ਟੌਪ ਦੀ ਟੈਕਨੋਲੋਜੀ ਵਾਲੇ ਜਿਹੜਾ ਕੰਮ ਕਰਵਾ ਕੇ ਆਇਆ ਆਪਣੇ ਆਪ ਮਰੀਜ਼ ਜਿਹੜੇ ਆ ਕਿ ਮੇਰੇ ਕੋਲੇ ਆਉਣਗੇ ਔਰ ਉਹ ਵਿਸ਼ਵਾਸ ਹੋਰ ਪੈਦਾ ਹੁੰਦਾ ਅਲਟੀਮੇਟਲੀ ਸਾਨੂੰ ਇਹ ਮਸ਼ੀਨਾਂ ਜੜੀਆਂ ਨੇ ਇਹ ਮਰੀਜ਼ਾਂ ਦੀ ਸਹੂਲਤ ਵਾਸਤੇ ਔਰ ਉਹਨਾਂ ਨੂੰ ਬੈਸਟ ਟ੍ਰੀਟਮੈਂਟ ਦੇਣ ਵਾਸਤੇ ਹੀ ਇਹ ਖਰੀਦੀਆਂ ਗਈਆਂ ਨੇ ਹੁਣ ਵੀ ਜਿਹੜਾ ਹੈਗਾ ਮੈਂ ਕੁਛ ਮਹੀਨੇ ਪਹਿਲਾਂ ਦੋ ਦੋ ਕੁ ਮਹੀਨੇ ਪਹਿਲਾਂ ਅਸੀਂ ਇੱਕ ਹੋਰ ਐਕਸ-ਰੇ ਮਸ਼ੀਨ ਲਿਆਂਦੀ ਹੈ ਜਿਹੜਾ ਕਿ ਅਸੀਂ ਔਨ ਦੀ ਸਪੌਟ ਮਰੀਜ਼ ਨੂੰ ਐਕਸਪਲੇਨ ਕਰ ਸਕਦੇ ਹਾਂ ਕਿ ਦੇਖੋ ਜੀ ਆਹ ਤੁਹਾਡਾ ਇਸ ਵੇਲੇ ਬੋਨ ਦਾ ਸਟਰਕਚਰ ਹੈ ਆਹ ਤੁਹਾਡੇ ਦੰਦਾਂ ਦੀ ਪੋਜੀਸ਼ਨ ਹੈ ਜਦੋਂ ਮਰੀਜ਼ ਆਪਣੀ ਅੱਖਾਂ ਨਾਲ ਸਾਹਮਣੇ ਸਾਰਾ ਕੁਝ ਦੇਖਦਾ ਹੈ ਉਹਦੇ ਨਾਲ ਕੀ ਹੈਗਾ ਕਿ ਉਹ ਜਿਹੜੀ ਚੀਜ਼ ਹੈ ਮਰੀਜ਼ ਨੂੰ ਕੌਨਫੀਡੈਂਸ ਦਿੰਦੀ ਹੈ ਕਿ ਇਹ ਵਾਕਈ ਜੋ ਚੀਜ਼ ਡਾਕਟਰ ਕਹਿ ਰਿਹਾ ਉਹ ਸਹੀ ਹੈ ਜੇ ਮੈਂ ਇਕੱਲਾ ਬੋਲੀ ਜਾਊਗਾ ਮਰੀਜ਼ ਨੂੰ ਇਹ ਹੋਊਗਾ ਕਿ ਯਾਰ ਪਤਾ ਨਹੀਂ ਮੈਂ ਵਿਸ਼ਵਾਸ ਕਿਵੇਂ ਕਰਾਂ ਮੈਨੂੰ ਦਿਸਦਾ ਤਾਂ ਕੁਛ ਐ ਨਹੀਂ ਮੇਰੇ ਹਨ ਸੋ ਇਹ ਚੀਜ਼ਾਂ ਬੜੀਆਂ ਇੰਪੋਰਟੈਂਟ ਆ ਇੱਕ ਵਿਸ਼ਵਾਸ ਪੈਦਾ ਕਰਨ ਵਾਸਤੇ ਤੇ ਪਲੱਸ ਉਹ ਵਿਸ਼ਵਾਸ ਤੋਂ ਬਾਅਦ ਹੋਰ ਟੈਕਨੀਕ ਦਾ ਫਾਇਦਾ ਲੈ ਕੇ ਅਸੀਂ ਮਰੀਜ਼ ਨੂੰ 100% ਜਿਹੜੀ ਆ ਟਰੀਟਮੈਂਟ ਜਿਹੜਾ ਸਕਸੈਸਫੁਲ ਟਰੀਟਮੈਂਟ ਦੇਣਾ ਡਾਕਟਰ ਸਾਹਿਬ ਹੁਣ ਅਸੀਂ ਉਹ ਮਸ਼ੀਨਾਂ ਵੀ ਦੇਖਾਂਗੇ ਜਿਹੜੀਆਂ ਨੰਮੀਆਂ ਆਈਆਂ ਨੇ ਤੇ ਉਸ ਦੇ ਨਾਲ ਜਿਹੜੀਆਂ ਪਹਿਲਾਂ ਵੀ ਟੈਕਨੋਲੋਜੀਸ ਇਸਤੇਮਾਲ ਹੋ ਰਹੀਆਂ ਉਹ ਵੀ ਦਰਸ਼ਕਾਂ ਨੂੰ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਇੱਕ ਚੀਜ਼ ਮੈਂ ਜ਼ਰੂਰ ਪੁੱਛਣੀ ਚਾਹਾਂਗਾ ਕਿ ਕਿਸ ਤਰੀਕੇ ਦੀ ਤੁਸੀਂ ਜਦੋਂ ਇੱਕ ਇੰਪਲਾਂਟ ਕਰਦੇ ਹੋ ਕਿਸ ਤਰੀਕੇ ਦੀ ਹਦਾਇਤਾਂ ਜਿਹੜੀਆਂ ਨੇ ਉਹ ਪੇਸ਼ੈਂਟ ਨੂੰ ਦਿੰਦੇ ਹੋ ਜਾਂ ਕਿੰਨਾ ਨਾਰਮਲ ਉਹ ਜੀ ਪਾਉਂਦੇ ਨੇ ਜਾਂ ਖਾ ਪੀਂਦੇ ਨੇ ਸੋ ਮੈਂ ਕੁਕਲੀ ਨਾ ਮਤਲਬ ਤੁਹਾਨੂੰ ਦੱਸਣਾ ਚਾਹਣਾ ਕਿ ਸਭ ਤੋਂ ਇੰਪੋਰਟੈਂਟ ਚੀਜ਼ ਆ ਕਿ ਮਰੀਜ਼ ਦੀ ਹਿਸਟਰੀ ਲੈਣੀ ਇਸੇ ਕਰਕੇ ਮਰੀਜ਼ ਮੈਨੂੰ ਕਾਲ ਕਰਦੇ ਆ ਮੈਂ ਉਹਨਾਂ ਨੂੰ ਦੋ ਤਿੰਨ ਚੀਜ਼ਾਂ ਬੜੀਆਂ ਇੰਪੋਰਟੈਂਟ ਪੁੱਛਦਾ ਡਾਇਬੀਟਿਸ ਪੁੱਛ ਲਈਦੀ ਹੈ ਫਿਰ ਉਹਨਾਂ ਦਾ ਕੋਈ ਹਾਰਟ ਸਰਜਰੀ ਹੋਈ ਹੈ ਜਾਂ ਮਤਲਬ ਜਿਹੜਾ ਆ ਜਾਂਦਾ ਹੈਗਾ ਕਿ ਖੂਨ ਪਤਲਾ ਹੈ ਕਰਨ ਦੀ ਗੋਲੀਆਂ ਸੋ ਮੈਡੀਸਨ ਦੀ ਤੇ ਸਰਜਰੀ ਤੇ ਹੋਰ ਜਿਹੜੀਆਂ ਕੋਈ ਮੈਡੀਕਲ ਪ੍ਰੋਬਲਮਸ ਹੈਗੀਆਂ ਉਹ ਡਿਸਕਸ ਕਰਨੀਆਂ ਬਹੁਤ ਜ਼ਰੂਰੀ ਆ ਉਹਦੇ ਬੇਸਿਸ ਤੇ ਸਾਡਾ ਇਹ ਟਰੀਟਮੈਂਟ ਮਨਅਸਰ ਹੈਗਾ ਦੂਸਰਾ ਆ ਜਾਂਦਾ ਹੈਗਾ ਕਿ ਜਦੋਂ ਜਦੋਂ ਪੇਸ਼ੈਂਟ ਨੂੰ ਅਸੀਂ ਜਿਹੜੇ ਐਕਸਰੇ ਕਰਨੇ ਹੁਣ ਤਾਂ ਸਾਡੇ ਕੋਲੇ ਇੱਥੇ ਵਨ-ਸਟਾਪ ਸ਼ਾਪ ਤੇ ਹੋਣ ਕਰਕੇ ਸਾਰਾ ਐਕਸਰੇ ਟਰੀਟਮੈਂਟ ਜਿਹੜਾ ਹੈ ਨਾਲ ਹੀ ਕਰਕੇ ਐਕਸਪਲੇਨ ਕਰਕੇ ਅਸੀਂ ਟਰੀਟਮੈਂਟ ਰਾਈਟ ਵੇ ਸ਼ੁਰੂ ਕਰ ਸਕਦੇ ਹੈਗੇ ਸੋ ਜਦੋਂ ਇੰਪਲਾਂਟ ਟਰੀਟਮੈਂਟ ਕਰਵਾ ਲਿਆ ਇਹ ਬੜਾ ਜ਼ਰੂਰੀ ਹੈ ਕਿ ਤੁਸੀਂ ਸਾਡੀਆਂ ਜੋ ਤੁਹਾਨੂੰ ਇਨਸਟਰਕਸ਼ਨਸ ਦੇ ਰਹੇ ਆ ਉਹ ਉਹਨਾਂ ਨੂੰ ਸਮਝੋ ਔਰ ਉਹਨਾਂ ਨੂੰ ਫੋਲੋ ਕਰੋ ਤਾਂ ਕਿ ਅਸੀਂ ਜ਼ਿੰਦਗੀ ਭਰ ਤੁਹਾਨੂੰ ਗਾਰੰਟੀ ਜਿਹੜੀ ਦਿੱਤੀ ਆ ਉਹ ਟ੍ਰੀਟਮੈਂਟ ਜਿਹੜਾ ਇੰਪਲਾਂਟ ਲੱਗਿਆ ਤੁਹਾਡੇ ਉਹ ਸਕਸੈਸਫੁਲ ਰਹੇ ਸੋ ਇਹਦੇ ਚ ਇੰਪੋਰਟੈਂਟ ਇਨਸਟ੍ਰਕਸ਼ਨਸ ਕੀ ਆਉਂਦੀਆਂ ਕਿ ਰੱਬ ਨੇ ਜੋ ਇੱਕ ਰੱਬ ਦਾ ਸਿਸਟਮ ਹੈ ਜੇ ਆਪਾਂ ਹੱਡੀ ਟੁੱਟਦੀ ਹੈ ਤੇ ਹੱਡੀ ਨੇ ਆਪਣੇ 6 ਹਫ਼ਤੇ ਹੀ ਲੈਣੇ ਆ ਜੁੜਨ ਨੂੰ ਇਹ ਅਕਾਲਪੁਰਖ ਦਾ ਇੱਕ ਸਿਸਟਮ ਹੈ ਸੋ ਉਹਨੂੰ ਅਸੀਂ ਬਾਈਪਾਸ ਨਹੀਂ ਕਰ ਸਕਦੇ ਇਦਾਂ ਹੀ ਇੰਪਲਾਂਟ ਜਿਹੜਾ ਹੈਗਾ ਇੰਪਲਾਂਟ ਲਾ ਕੇ 6 ਤੋਂ 12 ਹਫ਼ਤੇ ਦੇ ਵਿੱਚ ਉਹ ਇੰਪਲਾਂਟ ਬੋਨ ਦੇ ਵਿੱਚ 100% ਜਿਹੜਾ ਪੂਰਾ ਹੱਡੀ ਦੇ ਵਿੱਚ ਫਿਕਸ ਹੋ ਜਾਂਦਾ ਉਹ ਜਿਹੜਾ ਉਸ ਦੌਰਾਨ ਜਿਹੜੀਆਂ ਇਨਸਟਰਕਸ਼ਨਸ ਆ ਸੌਫਟ ਫੂਡ ਖਾਣਾ ਆਪਣੀ ਸਫਾਈ ਪੂਰੀ ਰੱਖਣੀ ਹੈ ਬਰਸ਼ਿੰਗ ਹੋਗੀ ਹੋਰ ਚੀਜ਼ਾਂ ਜਿਹੜੀਆਂ ਨੇ ਇਹ ਇਹ ਬੜਾ ਇੰਪੋਰਟੈਂਟ ਚੀਜ਼ ਆ ਕਿ ਤੁਸੀਂ ਇਨਸਟਰਕਸ਼ਨਸ ਨੂੰ ਫੋਲੋ ਕਰੋ ਔਰ ਉਹਦੇ ਨਾਲ ਸਾਡਾ ਮਨ ਵੀ ਜਿਹੜਾ ਹੈਗਾ ਤਗੜਾ ਰਹਿੰਦਾ ਕਿ ਵੀ ਨਹੀਂ ਮਰੀਜ਼ ਜਿਹੜਾ ਸਾਡੀਆਂ ਇਨਸਟਰਕਸ਼ਨਸ ਫਾਲੋ ਕਰ ਰਿਹਾ ਹੈਗਾ ਔਰ ਉਹਦੇ ਨਾਲ 100% ਜਿਹੜਾ ਸਕਸੈਸਫੁਲ ਟਰੀਟਮੈਂਟ ਮਿਲਦਾ ਜੀ ਡਾਕਟਰ ਸਾਹਿਬ ਇੱਕ ਡਰ ਜਿਹੜਾ ਹਮੇਸ਼ਾ ਚਾਹੇ ਛੋਟੀ ਸਰਜਰੀ ਹੋਵੇ ਚਾਹੇ ਵੱਡੀ ਹੋਵੇ ਉਹਦੇ ਵਿੱਚ ਰਹਿੰਦਾ ਉਹ ਇਨਫੈਕਸ਼ਨ ਦਾ ਹੁੰਦਾ ਸੋ ਅਸੀਂ ਇੱਥੇ ਉਸ ਦਾ ਧਿਆਨ ਕਿਵੇਂ ਰੱਖਦੇ ਸੋ ਇਨਫੈਕਸ਼ਨ ਦਾ ਜੇ ਜਦੋਂ ਇੱਕ ਇੰਪਲਾਂਟ ਲੱਗ ਗਿਆ ਜੇ ਤੁਸੀਂ ਉਹਦਾ ਧਿਆਨ ਰੱਖਦੇ ਹੋ ਬਰਸ਼ਿੰਗ ਕਰਦੇ ਹੋ ਸਫਾਈ ਰੱਖਦੇ ਹੋ ਪੂਰੀ ਮੂੰਹ ਦੀ ਤਾਂ ਇਨਫੈਕਸ਼ਨ ਦਾ ਕੋਈ ਚਾਂਸ ਨਹੀਂ ਹੁੰਦਾ ਮੈਂ ਤਾਂ ਬਹੁਤ ਕਹ ਲਓ ਵੀ ਲੈਸ ਥੈਨ 1% ਇਨਫੈਕਸ਼ਨਸ ਦੇਖੀਆਂ ਨੇ ਅਲਸ ਹਟਲ ਇੰਪਲਾਂਟ ਦੇ ਉੱਤੇ ਜੇ ਕੋਈ ਅਨਡੂ ਪ੍ਰੈਸ਼ਰ ਪੈਂਦਾ ਰਿਹਾ ਉਹ ਮਹੀਨੇ ਡੇਢ ਮਹੀਨੇ ਦੇ ਵਿੱਚ ਉਹ ਫੇਲ ਹੋ ਜਾਊਗਾ ਜੀ ਉਹ ਨਹੀਂ ਉਹ ਬਚਦਾ ਨਹੀਂ ਹੈਗਾ ਸੋ ਮਤਲਬ ਇਸੇ ਕਰਕੇ ਕਹਣਾ ਕਿ ਜੋ ਇਨਸਟਰਕਸ਼ਨਸ ਤੁਹਾਨੂੰ ਦੇ ਰਹੇ ਆਂ ਖਾਣਾ ਪੀਣੇ ਦਾ ਉਹਦੀ ਸੰਭਾਲ ਦਾ ਉਹਨਾਂ ਨੂੰ 3 ਮਹੀਨੇ ਫਾਲੋ ਕਰ ਲਓ ਯੂ ਆਰ ਗੈਟਿੰਗ ਅ 100% ਸਕਸੈਸਫੁਲ ਟ੍ਰੀਟਮੈਂਟ ਜੀ ਸੋ ਹੁਣ ਅਸੀਂ ਵੀ ਐਕਸਾਈਟਿਡ ਹੈਗੇ ਆ ਕਿ ਅਸੀਂ ਜਿਹੜੀ ਨਿਊ ਮਸ਼ੀਨ ਆਈ ਹੈ ਉਸ ਨੂੰ ਦੇਖੀਏ ਤੇ ਤੁਹਾਨੂੰ ਵੀ ਦਿਖਾਈਏ ਕਿ ਕਿਸ ਤਰੀਕੇ ਨਾਲ ਵਰਕ ਕਰਦੀ ਹੈ ਸੋ ਇਹ ਕੈਡ ਕੈਮ ਦਾ ਜਿਹੜਾ ਹੈ ਕੰਪਿਊਟਰ ਹੈ ਓਕੇ ਆ ਸਕੈਨਰ ਹੈ ਦਾ ਠੀਕ ਹੈ ਸੋ ਅਲਟੀਮੇਟਲੀ ਕੀ ਹੈਗਾ ਜੇ ਸਪੋਜ਼ ਆਪਾਂ ਕੇਸ ਖੋਲ ਲੈਨੇ ਮੰਨ ਲਓ ਸੋ ਇਹਦੇ ਚ ਪਹਿਲਾਂ ਆ ਆ ਚੀਜ਼ ਆ ਜਾਂਦੀ ਜਿਹਦੇ ਵਿੱਚ ਲੈ ਦੇਖਿਆ ਜਾਵੇ ਵੇ ਕਿਹੜਾ ਨੰਬਰ ਦਾ ਦੰਦ ਹੈ ਇਹ ਕੰਪਿਊਟਰ ਨੇ ਤਿਆਰ ਕਰਨਾ ਫਿਰ ਉਦੋਂ ਮੁੜ ਕੇ ਆਹ ਸਟੈਪ ਆ ਜਾਂਦਾ ਹੈਗਾ ਇਹ ਸਟੈਪ ਦੇ ਵਿੱਚ ਆਹ ਸਟੈਪ ਦੇ ਵਿੱਚ ਦੇਖੋਗੇ ਆ ਸਾਰਾ ਸਕੈਨ ਹੋਇਆ ਓਕੇ ਠੀਕ ਹੈ ਜੀ ਸੋ ਆਹ ਜਿਹੜਾ ਸਕੈਨਰ ਹੈ ਜੀ ਆਪਾਂ ਜੇ ਰੂਟੀਨ ਦੇਖਦੇ ਸੀਗੇ ਤਾਂ ਰੂਟੀਨ ਦੇ ਵਿੱਚ ਕੀ ਸੀਗਾ ਕਿ ਪੇਸ਼ੈਂਟ ਦੇ ਮੂੰਹ ਦੇ ਵਿੱਚ ਟ੍ਰੇ ਪਾਈ ਔਰ ਟ੍ਰੇ ਦੇ ਨਾਲ ਕਈ ਵਾਰੀ ਪੇਸ਼ੈਂਟ ਨੂੰ ਹੱਥੂ ਵੀ ਆਉਂਦਾ ਤਕਲੀਫ ਵੀ ਹੁੰਦੀ ਆ ਦਰਦ ਹੁੰਦੀ ਆ ਉਹ ਸਾਰਾ ਕੰਮ ਖਤਮ ਹੋ ਗਿਆ ਇਹਨਾਂ ਸਕੈਨਰ ਨੇ ਇੱਕ ਫੋਟੋ ਖਿੱਚ ਲੈਣੀ ਆ ਔਰ ਉਹ ਜਿਹੜੀ ਫੋਟੋ ਆ ਉਹ ਇੱਥੇ ਟਰਾਂਸਫਰ ਹੋ ਜਾਣੀ ਤੁਸੀਂ ਦੇਖੋ ਕਿੰਨਾ ਸੌਖਾ ਹੋ ਗਿਆ ਕਿ ਆ ਆ ਫੋਟੋ ਖਿੱਚੀ ਫਿਰ ਥੱਲੇ ਵਾਲਾ ਜਿਹੜਾ ਹੈਗਾ ਆ ਫੋਟੋ ਆ ਗਈ ਤੇ ਉਦੋਂ ਮੁੜ ਕੇ ਜਿਹੜਾ ਹੈਗਾ ਫਿਰ ਮਤਲਬ ਬਾਈਟ ਵੀ ਜਿਹੜੇ ਆ ਵੀ ਮਰੀਜ਼ ਨੇ ਬਾਈਟ ਕਿੱਥੇ ਕਰਨੀ ਆ ਇਹ ਵੀ ਰਿਕਾਰਡ ਕਰਦਾ ਸੋ ਇਹ ਸਾਰਾ ਕੁਝ ਜਿਹੜਾ ਹੈਗਾ ਸੌਖਾ ਹੋਣ ਤੋਂ ਬਾਅਦ ਮਾਡਲ ਬਣ ਜਾਂਦਾ ਇਹ ਮਾਡਲ ਤੇ ਡਿਜ਼ਾਈਨਿੰਗ ਹੁੰਦੀ ਆ ਜੀ ਡਿਜ਼ਾਈਨ ਕਰਨ ਤਾਂ ਆ ਡਿਜ਼ਾਈਨਿੰਗ ਆ ਸੋ ਜਦੋਂ ਇਹ ਡਿਜ਼ਾਈਨਿੰਗ ਹੁੰਦੀ ਆ ਕੰਪਿਊਟਰ ਨੇ ਆਪਣੇ ਆਪ ਸਾਰਾ ਡਾਨ ਤਿਆਰ ਕਰਤਾ ਔਰ ਉਸ ਤੋਂ ਬਾਅਦ ਇਹ ਜਦੋਂ ਇਹ ਸਾਰਾ ਕੁਝ ਹੋ ਗਿਆ ਇਹਨੂੰ ਕਮਾਂਡ ਇੱਥੋਂ ਦੇਣ ਤੋਂ ਬਾਅਦ ਸਾਡੀ ਦੂਸਰੀ ਮਸ਼ੀਨ ਆ ਜਿਹਦੇ ਵਿੱਚ ਉਹਨੇ ਮਿਲਿੰਗ ਕਰਨੀ ਹੈਗੀ ਆ ਸੋ ਮੈਂ ਤੁਹਾਨੂੰ ਬਲਾਕਸ ਦਿਖਾਉਣਾ ਸੋ ਇਹ ਬਲਾਕ ਆ ਇਸ ਬਲਾਕ ਦੇ ਵਿੱਚ ਇਹਨੂੰ ਜ਼ਰਕੋਨੀਆ ਬਲਾਕ ਕਹਿੰਦੇ ਹੈਗੇ ਠੀਕ ਹੈ ਉਹ ਇਹਦੇ ਵਿੱਚ ਜਿਹੜਾ ਇਹਦੇ ਵਿੱਚੋਂ ਮਸ਼ੀਨ ਨੇ ਕੱਟ ਕੇ ਅੱਗੇ ਬਣਾਉਣਾ ਸੋਇ ਬਲੌਕ ਬੇਸਿਕਲੀ ਇੱਥੇ ਫਿਟ ਕਰ ਦੇਣਾ ਹੈਗਾ ਫਿਟ ਕਰਨ ਤੋਂ ਬਾਅਦ ਇਹਨੇ ਆ ਸਾਰੀ ਮੈਜ਼ਰਮੈਂਟ ਇਹਦੇ ਤੇ ਆਉਂਦੀ ਰਹਿੰਦੀ ਹੈ ਔਰ ਇਹ ਤਕਰੀਬਨ 10 ਤੋਂ 12 ਮਿੰਟ ਦੇ ਵਿੱਚ ਜਿਹੜਾ ਇਹ ਬਲੌਕ ਦੇ ਵਿੱਚੋਂ ਕੱਢ ਲੈਂਦਾ ਕੱਟ ਕੇ ਕੱਚਾ ਬਣ ਜਾਂਦਾ ਹੈਗਾ ਸੋ ਜਦੋਂ ਇਹ ਕੱਚਾ ਬਣ ਗਿਆ ਇਹ ਉੱਥੇ ਜਿਹੜੀ ਮਸ਼ੀਨ ਹੈਗੀ ਆ ਉਹਦੇ ਵਿੱਚ ਪੱਕਣ ਦੇ ਵਿੱਚ ਹੂੰ 1500 ਡਿਗਰੀ ਦੇ ਵਿੱਚ ਪੱਕਿਆ ਜਾਂਦਾ ਠੀਕ ਹੈ ਠੀਕ ਹੈ ਜੀ ਸੋ ਉਹ ਜਿਹੜਾ ਇਹ ਇੰਨਾ ਕੁ ਹਾਰਡ ਹੁੰਦਾ ਕਿ ਤੁਸੀਂ ਚਾਹੇ ਪੱਥਰ ਚੱਬੀ ਚੱਲੋ ਇਹ ਇਹ ਦੰਦ ਬ੍ਰੇਕ ਨਹੀਂ ਕਰਦਾ ਇਸੇ ਕਰਕੇ ਅਸੀਂ ਵੀ ਕਹਿੰਦੇ ਆ ਕਿ ਭਾਈ ਕਿਉਂ ਨਾ ਅਸੀਂ ਕੌਨਫੀਡੈਂਟਲੀ ਜਿਹੜੀ ਆ ਗਾਰੰਟੀ ਦੇਈ ਹੈ ਕਿ ਜੋ ਅਸੀਂ ਮਟੀਰੀਅਲ ਆ ਰਿਹਾ ਨੰਬਰ 1 ਇਨ ਦਾ ਵਰਲਡ ਹੈਗਾ ਸੋ ਇਹ ਮਸ਼ੀਨ ਜਿਹੜੀ ਆ ਸਰਕ ਹੈਗੀ ਆ ਡੈਂਸਪਲਾਈ ਇਹ ਸਾਰੀ ਸਾਰੀ ਇਹ ਜਰਮਨ ਮਸ਼ੀਨ ਹੈ ਜੀ ਇਹ ਮਸ਼ੀਨਾਂ ਦੇ ਸਿਰ ਦੇ ਉੱਤੇ ਜਿਹੜਾ ਹੈਗਾ ਸਾਡਾ ਟ੍ਰੀਟਮੈਂਟ ਦਾ ਸਕਸੈਸ ਰੇਟ ਬਹੁਤ ਮੈਟਰ ਕਰਦਾ ਹੈਗਾ ਸੋ ਇਸ ਤੋਂ ਬਾਅਦ ਮਤਲਬ ਜਿਹੜਾ ਜਿਹੜੀ ਮੈਂ ਉਦੋਂ ਗੱਲ ਕਰ ਰਿਹਾ ਸੀਗਾ ਸੋ ਇਹ ਹੈ ਕਿ OPG ਮਸ਼ੀਨ ਆ ਠੀਕ ਹੈ OPG ਕੀ ਆ ਕਿ ਤੁਸੀਂ ਸਾਰੇ ਦਾ ਸਾਰਾ ਜਿਹੜਾ ਹੈਗਾ ਉਹਨੂੰ ਜੋ ਹੈ ਉਹ ਪੇਸ਼ੈਂਟ ਦਾ ਇਹਦੇ ਵਿੱਚ ਰਿਕਾਰਡ ਹੁੰਦਾ ਸੋ ਇਹ ਇਹ ਤੁਹਾਨੂੰ ਮਸ਼ੀਨ ਹੋਣੀ ਜਿਹੜਾ ਹੈਗਾ 1 ਸੈਕਿੰਡ ਚ ਐਕਸਰੇ ਵੀ ਕਰਕੇ ਦਿਖਾ ਦਿੰਨੇ ਤੰਦੇ ਪੈਰਾ ਦੇ ਮਾਰਕ ਦੇ ਉੱਤੇ ਪੇਸ਼ੈਂਟ ਨੇ ਖੜੇ ਹੋਣਾ ਸੋ ਆਲਟੀਮੇਟਲੀ ਜਿਹੜੀ ਕਮਾਂਡ ਹੈ ਜੀ ਇਸ ਤੋਂ ਬਾਅਦ ਉਹਦੇ ਤੇ ਇੱਥੇ ਆ ਜਾਂਦਾ ਆ ਸਾਰਾ ਇਹਦੇ ਤੇ ਆ ਗਿਆ ਜੀ ਸੋ ਇਹ ਜੇ ਤੁਸੀਂ ਦੇਖੋਗੇ ਆ ਰੈਡੀ ਆ ਸਾਰਾ ਚੈੱਕ ਕਰਕੇ ਸੋ ਇਹ ਸਾਰਾ ਐਕਸ-ਰੇ ਜਿਹੜਾ گول ਘੁੰਮਦਾ ਔਰ گول ਘੁੰਮਣ ਤੋਂ ਬਾਅਦ ਇਹ ਸਾਰੇ ਰਿਕਾਰਡ ਕਰਦਾ ਸੋ ਇਹ ਵਾਪਸ ਉੱਥੇ ਪਹੁੰਚ ਗਿਆ ਹੁਣ ਤੁਸੀਂ ਸਕਰੀਨ ਤੇ ਦੇਖੋ ਉਹ ਸਾਰਾ ਦੇਖਣ ਵਾਲਾ ਸਕਰੀਨ ਦੇ ਉੱਤੇ ਇਹ ਰਿਕਾਰਡਿੰਗ ਹੋ ਰਹੀ ਹੈ ਇਹ ਪ੍ਰੋਸੈਸ ਕਰ ਰਿਹਾ ਇਮੇਜ ਇਹ ਇਮੇਜ ਸੇਵ ਹੋ ਗਈ ਆ ਦੇਖੋ ਸੋ ਮਤਲਬ ਤੁਸੀਂ ਦੇਖੋ ਕਿ ਸਾਰੇ ਦੇ ਸਾਰੇ ਦੰਦ ਜੋਜ਼ ਉੱਪਰ ਕੰਪਲੀਟ ਸਾਈਨਸ ਇਹਦੇ ਵਿੱਚ ਜਿਹੜਾ ਹੈਗਾ ਹੁਣ ਜਦੋਂ ਪੇਸ਼ੈਂਟ ਨੂੰ ਸਾਹਮਣੇ ਚੀਜ਼ ਦੇ ਸੀ ਕਿ ਇਹ ਮੇਰਾ ਮੇ ਮੇਰੀ ਪੋਜੀਸ਼ਨ ਹੈ ਪੋਜੀਸ਼ਨ ਹੈ ਰਾਈਟ ਦੰਦਾਂ ਦੀ ਸੋ ਉਹਨੂੰ ਉਹਨੂੰ 100% ਇਹ ਚੀਜ਼ ਆ ਜਾਂਦੀ ਕਿ ਵਾਕਈ ਜੋ ਮੈਂ ਕਹਿ ਰਿਹਾ ਕਿ ਵੀ ਆਹ ਦੰਦ ਦੇ ਵਿੱਚ ਆਹ ਤਕਲੀਫ ਹੈ ਆਹ ਦੰਦ ਮਿਸਿੰਗ ਹੈਗਾ ਇੰਪਲਾਂਟ ਇੱਥੇ ਲੱਗ ਸਕਦਾ ਇਸ ਹਿਸਾਬ ਦਾ ਸਾਈਜ਼ ਦਾ ਲੱਗਦਾ ਉਹ ਚੀਜ਼ ਜਿਹੜੀ ਹੈਗੀ ਆ ਬਹੁਤ ਵੱਡੀ ਜਿਹੜਾ ਹੈਗਾ ਪੇਸ਼ੈਂਟ ਨੂੰ ਇੱਕ ਉਹਦੇ ਦਿਮਾਗ ਦੇ ਵਿੱਚ ਉਹ ਜਿੰਨੀ ਕੋਈ ਸ਼ੰਕਾ ਹੁੰਦੀ ਆ ਕੋਈ ਕਨਫਿਊਜ਼ਨ ਆ ਉਹ ਸਾਨੂੰ ਈਜ਼ੀ ਹੋ ਜਾਂਦਾ ਐਕਸਪਲੇਨ ਕਰਨ ਦਾ ਹੁਣੇ ਪੇਸ਼ੈਂਟ ਦੇ ਜਿੰਨੇ ਦੰਦ ਆ ਉਹ ਦੇਖੋ ਅਕਲ ਜਾੜਾ ਇੱਥੇ ਪਈਆਂ ਨੇ ਇਹ ਜਿਹੜੀ ਆ ਇਹ ਕੱਲ ਨੂੰ ਤੰਗ ਕਰੂਗੀ ਹੁਣੇ ਪੇਸ਼ੈਂਟ ਨੂੰ ਤਾਂ ਪਤਾ ਨਹੀਂ ਹੁਣ ਜੇ ਮੈਂ ਪੇਸ਼ੈਂਟ ਨੂੰ ਦੇਖ ਕੇ ਕੱਲੀ ਗੱਲ ਕਰੂੰਗਾ ਤਾਂ ਉਹਦੇ ਵਿੱਚ ਇਹ ਜਿਹੜੀ ਆ ਇਹ ਚੀਜ਼ ਦੀ ਕਸਰ ਰਹਿ ਜਾਂਦੀ ਹੁਣ ਕਰੂਗੀ ਕਿ ਖੁਦ ਦੇਖ ਸਕੇ ਖੁਦ ਦੇਖ ਸਕੇ ਔਰ ਉਹਦੇ ਨਾਲ ਕੀ ਆ ਉਹ ਬਲੀਵ ਕਰਦਾ ਫਿਰ ਪੇਸ਼ੀ ਵਾਟ ਯੂ ਸੀ ਦੈਟ ਇਜ਼ ਯੂ ਬਲੀਵ ਦੈਟ ਠੀਕ ਆ ਜੀ ਸੋ ਇਹ ਬੜੀ ਇਹ ਸਭ ਤੋਂ ਇੰਪੋਰਟੈਂਟ ਚੀਜ਼ ਆ ਕਿ ਪੇਸ਼ੈਂਟ ਨੂੰ ਸਾਹਮਣੇ ਆਪਣੀ ਪੋਜੀਸ਼ਨ ਦਿਖਾ ਕੇ ਫਿਰ ਉਸ ਤੋਂ ਬਾਅਦ ਜਿਹੜੇ ਇੰਪਲਾਂਟ ਸਿਸਟਮ ਦੇ ਉੱਤੇ ਲੈ ਕੇ ਜਾਣਾ ਇਹ ਇਹ ਸਾਡੇ ਵਾਸਤੇ ਬਹੁਤ ਵੱਡੀ ਚੀਜ਼ ਆ ਸੋ ਪੇਸ਼ੈਂਟ ਅੱਗੇ ਸਾਰੇ ਪੇਸ਼ੈਂਟ ਬਾਹਰ ਜਾਂਦੇ ਸੀ ਹੁਣ ਪੇਸ਼ੈਂਟ ਆਉਂਦਾ ਉਹਨੇ ਕਿਤੇ ਨਹੀਂ ਜਾਣਾ ਇੱਥੇ ਆਪਦਾ ਐਕਸ-ਰੇ ਕਰਾਇਆ ਅਸੀਂ ਤਿਆਰੀ ਕਰ ਲਈ ਬਾਹਰ ਕੈਫੇ ਹੈਗਾ ਕੌਫੀ ਪੀਤੀ ਆ ਕੇ ਆਪਦਾ ਟ੍ਰੀਟਮੈਂਟ ਕਰਾਓ ਤੇ ਫਿਰ ਦਿਲ ਜਾ ਕੇ ਚਲੋ ਸੋ ਜਿਵੇਂ ਕਿ ਦਰਸ਼ਕੋ ਹੁਣ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਰਣਬਾਜ ਹਸਪੀਟਲ ਦੇ ਵਿੱਚ ਹਾਈ ਟੈਕ ਟੈਕਨੀਕਸ ਦੇ ਨਾਲ ਐਡਵਾਂਸਡ ਟੈਕਨੋਲੋਜੀਜ਼ ਦੇ ਨਾਲ ਔਰ ਐਡਵਾਂਸ ਲੈਵਲ ਦੇ ਜਿਹੜੇ ਨੇ ਉਹ ਇੰਪਲਾਂਟਸ ਲਗਾਏ ਜਾ ਰਹੇ ਨੇ ਔਰ ਕੁਝ ਵੀ ਮੁਸ਼ਕਲ ਨਹੀਂ ਰਿਹਾ ਸੋ ਬਹੁਤ ਅੱਛੀ ਟੈਕਨੋਲੋਜੀਜ਼ ਜਿਹੜੀਆਂ ਨੇ ਡਾਕਟਰ ਸਾਹਿਬ ਤੁਸੀਂ ਇੱਥੇ ਇੰਟਰੋਡਿਊਸ ਕੀਤੀਆਂ ਨੇ ਔਰ ਮੇਰੇ ਖਿਆਲ ਨਾਲ ਇਹ ਸਭ ਤੋਂ ਵੱਡੀ ਲੋੜ ਸੀਗੀ ਸਿਰਫ ਵਿਦੇਸ਼ਾਂ ਦੇ ਵਿੱਚ ਨਹੀਂ ਸਗੋ ਲੋਕਲ ਜਿਹੜੇ ਲੋਕ ਨੇ ਉਹਨਾਂ ਦੇ ਲਈ ਵੀ ਇਹ ਇੱਕ ਐਡਵਾਂਸਮੈਂਟ ਹੋ ਗਈ ਕਿ ਉਹ ਆ ਸਕਦੇ ਨੇ ਇੱਥੇ ਆ ਕੇ ਸਰਵਿਸਿਜ਼ ਜਿਹੜੀਆਂ ਅਵੇਲ ਕਰ ਸਕਦੇ ਨੇ ਔਰ ਇੰਪਲਾਂਟਸ ਸੋ ਤੁਹਾਡੇ ਨਾਲ ਅਗਰ ਕੋਈ ਵਿਦੇਸ਼ਾਂ ਤੋਂ ਕੰਟੈਕਟ ਕਰਦਾ ਹੈ ਸੋ ਕਿਉਂਕਿ ਟ੍ਰੀਟਮੈਂਟ ਤੇ ਇੱਥੇ ਆ ਕੇ ਹੋਣਾ ਹੈ ਪ੍ਰੋਪਰ ਤਾਂ ਕਿੰਨਾ ਪ੍ਰੋਸੀਜਰ ਹੈ ਜਿਹੜਾ ਤੁਸੀਂ ਕੁਝ ਬਾਰੋ ਉਹਨਾਂ ਦੀ ਰਿਪੋਰਟਸ ਵਗੈਰਾ ਲੈ ਕੇ ਪ੍ਰਿਪੇਅਰ ਕਰ ਸਕਦੇ ਹੋ ਜਾਂ ਅਪਾਇੰਟਮੈਂਟ ਕਿਸ ਤਰੀਕੇ ਨਾਲ ਤੁਹਾਡੇ ਨਾਲ ਲਿਆ ਜਾਵੇ ਸੋ ਮੈਂ ਸਾਰੇ ਦਰਸ਼ਕ ਜਿਹੜੇ ਹਮਦਰਦ ਟੀਵੀ ਦੇਖ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੇਰਾ WhatsApp ਨੰਬਰ ਹੈਗਾ 9779000552 ਰਿਪੀਟ ਕਰਦਾ 9779 000552 ਇਹ ਮੇਰਾ ਇੰਡੀਆ ਦਾ ਨੰਬਰ ਹੈਗਾ ਤੁਸੀਂ ਮੈਨੂੰ ਇਹਦੇ ਤੇ ਕੰਟੈਕਟ ਕਰ ਸਕਦੇ ਹੋ ਮੈਨੂੰ WhatsApp ਤੇ ਵੀ ਸਕਦੇ ਹੋ ਆਪਣਾ ਕੋਈ ਐਕਸਰੇ ਹੈ ਕੋਈ ਕੁਇਰੀ ਹੈ ਕੋਈ ਕੁਐਸਚਨ ਕੁਝ ਵੀ ਪੁੱਛਣਾ ਚਾਹੁੰਦੇ ਆ ਮੈਨੂੰ ਜਦੋਂ ਮਰਜੀ ਨੇਰੇ ਸਵੇਰੇ ਕੋਈ ਚੱਕਰ ਆਲੀ ਕਰਨੀ 24/7 ਮੈਂ ਅਵੇਲੇਬਲ ਆ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਮੈਨੂੰ ਇਹ ਜਿਹੜਾ ਆਪਣਾ ਕੋਈ ਕੰਸਲਟੇਸ਼ਨ ਲੈਣੀ ਆ ਉਹ ਲੈ ਸਕਦੇ ਹੋ ਦੂਸਰੀ ਕੱਲ ਬڑے ਪੇਸ਼IENTS ਪੁੱਛਦੇ ਨੇ ਕਿ ਕੰਸਲਟੇਸ਼ਨ ਦੇ ਕਿੰਨੇ ਚਾਰजेस ਹੈ ਕੰਸਲਟੇਸ਼ਨ ਦੇ ਕੋਈ ਚਾਰजेस ਨਹੀਂ ਫ੍ਰੀ ਆਫ ਕਾਸਟ ਹੈ ਅਸੀਂ ਸੇਵਾ ਕਰਦੇ ਹਾਂ ਜਿੱਥੇ ਸਾਡੂੰ ਮਟੀਰੀਅਲ ਬਾਹਰੋਂ ਮਿਲੇਗਾ ਉਹ ਜਿਹੜਾ ਮਟੀਰੀਅਲ ਹੈਗਾ ਉਹਦੇ ਅਸੀਂ ਚਾਰਜ ਕਰਦੇ ਹਾਂ ਜੀ ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਵੀ ਦਿੱਤਾ ਕਿ ਅਸੀਂ ਇੱਥੇ ਵਿਜ਼ਿਟ ਕਰਕੇ ਦੇਖ ਸਕੇ ਕਿ ਰਣਬਾਜ ਹਸਪੀਟਲ ਹੁਣ ਕਿਹੜੀ ਨਵੀਂ ਟੈਕਨੋਲੋਜੀ ਨੂੰ ਇੰਟਰੋਡਿਊਸ ਕਰ ਰਿਹਾ ਸੋ ਤੁਸੀਂ ਜਿਹੜੀ ਸੇਵਾ ਨਿਭਾ ਰਹੇ ਹੋ ਔਰ ਇਹ ਬਹੁਤ ਅੱਛੀ ਗੱਲ ਹੈ ਕਿ ਫ੍ਰੀ ਕੰਸਲਟੇਸ਼ਨ ਕਿਉਂਕਿ ਕਈ ਵਾਰੀ ਲੋਕੀ ਸਿਰਫ ਇਹ ਡਰਦੇ ਨੇ ਕਿ ਅਸੀਂ ਕੰਸਲਟੇਸ਼ਨ ਇੱਥੋਂ ਲਵਾਂਗੇ ਫਿਰ ਗੱਲ ਬਣੂਗੀ ਨਹੀਂ ਬਣੂਗੀ ਪਰ ਇੱਥੇ ਜਦੋਂ ਕਿਸੇ ਨੇ ਕੰਸਲਟੇਸ਼ਨ ਲੈ ਲਈ ਉਸ ਤੋਂ ਬਾਅਦ ਕਿਤੇ ਹੋਰ ਜਾਣ ਦੀ ਲੋੜ ਨਹੀਂ ਪੈਣੀ ਪਰ ਉਹ ਫ੍ਰੀ ਆਫ ਕਾਸਟ ਹੈ ਇਸ ਤੋਂ ਵੀ ਇੱਕ ਇੱਕ ਹੋਰ ਡਰ ਜਿਹੜਾ ਹੈ ਦਰਸ਼ਕਾਂ ਦਾ ਖਤਮ ਹੋ ਗਿਆ ਜਾਂ ਪੇਸ਼ੈਂਟਸ ਦਾ ਖਤਮ ਹੋ ਗਿਆ ਬਿਲਕੁਲ ਜੀ ਸੋ ਸ਼ੇਖਰ ਜੀ ਬਹੁਤ-ਬਹੁਤ ਮਿਹਰਬਾਨੀ ਤੁਸੀਂ ਵੀ ਆਪਣਾ ਵਕਤ ਕੱਢ ਕੇ ਇੱਥੇ ਆਏ ਔਰ ਅਨਬਾਜ ਹਸਪੀਟਲ ਦੇ ਵਿੱਚ ਇੰਟਰਵਿਊ ਲੈ ਕੇ ਲੋਕਾਂ ਤੱਕ ਇਹ ਜਾਣਕਾਰੀ ਜਿਹੜੀ ਅੱਗੇ ਦੇਣੀ ਹੈ ਬੜੀ ਵੱਡੀ ਗੱਲ ਆ ਜਾਂਦੀ ਹੈਗੀ ਹੈ ਦੇਖੋ ਡਾਹੀ ਸੋਸ਼ਲ ਮੀਡੀਆ ਡਿਜੀਟਲ ਮੀਡੀਆ ਦਾ ਕਿੰਨਾ ਫਾਇਦਾ ਹੋ ਗਿਆ ਕਿ ਕਿੰਨੇ ਹਜ਼ਾਰਾਂ ਮੀਲ ਤੁਹਾਡੇ ਕੋਲੋਂ ਦੂਰ ਬੈਠੇ ਆ ਪਰ ਤਾਂ ਲੱਗਦਾ ਕਿ ਆਮੋ ਸਾਹਮਣੇ ਬੈਠੇ ਆ ਸੋ ਹਮਦਾਰਤ ਮੀਡੀਆ ਗਰੁੱਪ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਅੱਜ ਇਹ ਮੌਕਾ ਦਿੱਤਾ ਸਾਰੇ ਦਰਸ਼ਕਾਂ ਨਾਲ ਰੂਬਰੂ ਹੋ ਕੇ ਔਰ ਜੋ ਮੇਰੇ ਕੋ ਲੇਟੈਸਟ ਟੈਕਨੀਕਸ ਆ ਔਰ ਯਾ ਇਕੁਪਮੈਂਟ ਹੈਗਾ ਉਹ ਸਾਰਿਆਂ ਨਾਲ ਇਨਫੋਰਮੇਸ਼ਨ ਸ਼ੇਅਰ ਕਰਕੇ ਇਹ ਜਿਹੜਾ ਹੈਗਾ ਇਹ ਇਸ ਚੀਜ਼ ਨੂੰ ਤੁਹਾਡੇ ਤੱਕ ਪਹੁੰਚਾਉਣੀ ਇਹ ਬੜੀ ਵੱਡੀ ਗੱਲ ਹੈ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਔਰ ਦਰਸ਼ਕਾਂ ਉਸੇ ਹੀ ਕਾਂਗੇ ਜੀ ਆਪਣੀ ਸਿਹਤ ਤੋਂ ਵੱਧ ਕੇ ਕੁਝ ਨਹੀਂ ਹੁੰਦਾ ਇਸ ਲਈ ਆਪਣਾ ਖਿਆਲ ਰੱਖੋ ਆਪਣਿਆਂ ਦਾ ਖਿਆਲ ਰੱਖੋ ਤੇ ਨਾਲ-ਨਾਲ ਹਮਦਰ ਟੀਵੀ ਦੇਖਦੇ ਰਹੋ ਅਸੀਂ ਅਗਲੇ ਐਪੀਸੋਡ ਦੇ ਵਿੱਚ ਮਿਲਾਂਗੇ ਤੁਸੀਂ ਦੇਖੋ ਹਮਦਰ ਟੀਵੀ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ